ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ। ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝੱਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ। ਲੋਕੀ ਮੰਗ ਮੰਗਾ ਕੇ ਆਪਣਾ ਬੋਲ ਬਣਾ ਕੇ ਬਹਿ ਗਏ ਨੇ, ਅਸੀਂ ਤਾਂ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ। ਜਿਹੜੇ ਆਖਣ ਵਿੱਚ ਪੰਜਾਬੀ ਵਸਅਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਮਨ ਦਾ ਮਾਸ ਖਵਾ ਦਿੰਦਾ ਏ ਜਿਹਨੂੰ ਇਹ ਪਿਆਰ ਕਰੇ, ਉਂਝ ਜਬਰਨ ਕੋਈ ਕਰ ਨਹੀਂ ਸਕਦਾ ਵਿੰਗਾ ਵਾਲ ਪੰਜਾਬੀ ਦਾ। ਉਂਝ ਜਬਰਨ ਕੋਈ ਕਰ ਨਹੀਂ ਸਕਦਾ ਵਿੰਗਾ ਵਾਲ ਪੰਜਾਬੀ ਦਾ। ਬਾਬਾ ਨਜ਼ਮੀ ਸਾਹਿਬ ਦੀਆਂ ਪੰਜਾਬੀ ਬਾਰੇ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਬਾਬਾ ਨਜ਼ਮੀ ਸਾਹਿਬ ਦੀ ਕੋਈ ਵੀ ਕਵਿਤਾ ਚੱਕ ਲਓ, ਕੁਛ ਵੀ ਪੜ੍ਹ ਕੇ ਦੇਖ ਲਓ, ਇੱਕ ਐਨਰਜਿਕ ਹੁੰਦਾ ਹੈ, ਐਨਰਜੀ ਆ ਜਾਂਦੀ ਉਹਨਾਂ ਨੂੰ ਪੜ੍ਹ ਕੇ। ਖਾਸ ਤੌਰ 'ਤੇ ਜਦੋਂ ਪੰਜਾਬੀ ਦੀ ਗੱਲ ਕਰਦੇ ਨੇ, ਪੱਗ ਦੀ ਗੱਲ ਕਰਦੇ ਨੇ, ਤਾਂ ਇੱਕ ਵੱਖਰੀ ਤਰ੍ਹਾਂ ਦਾ ਸਰੂਰ ਚੜ੍ਹ ਜਾਂਦਾ ਇਹਨਾਂ ਦੀ ਗੱਲ ਸੁਣ ਕੇ, ਪੜ੍ਹ ਕੇ। ਸੋ ਪੰਜਾਬੀ ਬਾਰੇ ਬਹੁਤ ਹੀ ਵਧੀਆ ਇਹ ਲਾਈਨਾਂ, ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਮੈਂ ਇੱਕ ਦੋ ਖਬਰਾਂ ਲੈ ਕੇ ਆਇਆ ਸੀ, ਪਰ ਖਬਰਾਂ ਨੂੰ ਅਸੀਂ ਅੱਜ ਜ਼ਿਆਦਾ ਨਹੀਂ ਤਰਜੀਹ ਦੇਵਾਂਗੇ, ਅੱਜ ਗੱਲਬਾਤ ਕਰਾਂਗੇ ਸਿੱਧੀ ਸਿੱਧੀ। ਪਰ ਉਸ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ, ਲਾਸਾਨੀ ਸ਼ਹੀਦੀ, ਜਿਹੜੀ ਪਵਿੱਤਰ ਸ਼ਹੀਦੀ ਉਹਨਾਂ ਨੇ ਦਿੱਤੀ ਸੀ, ਅੱਜ 14 ਜੂਨ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ। ਬਹੁਤ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਜੀ ਉਹਨਾਂ ਦੀ ਸ਼ਹੀਦੀ ਨੂੰ। ਅਤੇ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ, ਅਗਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜਿਹੜੀ ਹੈ ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਅਤੇ ਨਾਲ ਦੀ ਨਾਲ ਅਗਰ ਸੰਗੀਤ ਦੀ ਗੱਲ ਕਰੀਏ ਅਸੀਂ, ਹਾਲਾਂਕਿ ਸੰਗੀਤ ਦਾ ਅਤੇ ਸਾਡੇ ਗੁਰੂ ਸਾਹਿਬਾਨਾਂ ਦਾ ਕੋਈ ਆਪਸ ਵਿੱਚ ਬਹੁਤ ਡੂੰਘਾ ਰਿਸ਼ਤਾ ਵੀ ਕਹਿ ਸਕਦੇ ਹਾਂ ਅਤੇ ਬਹੁਤ ਤਾਲਮੇਲ ਨਹੀਂ ਵੀ ਕਹਿ ਸਕਦੇ ਹਾਂ, ਅਸੀਂ ਕੰਪੇਅਰ ਨਹੀਂ ਕਰ ਰਹੇ, ਪਰ ਸੰਗੀਤ ਦੀ ਗੱਲ ਕਰ ਰਹੇ ਨਾਲ ਦੀ ਨਾਲ। ਸੰਗੀਤ ਦੇ ਵਿੱਚ ਵੀ ਅੱਜ ਦੇ ਦਿਨ ਇੱਕ ਮਹਾਨ ਹਸਤੀ ਇਸ ਦੁਨੀਆ ਤੋਂ ਗਈ ਸੀ, ਜਿਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ, ਪੰਜਾਬੀ ਸੰਗੀਤ ਨੂੰ ਬਹੁਤ ਹੀ ਸਿਖਰਾਂ 'ਤੇ ਪਹੁੰਚਾਇਆ। ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਸਹੀ ਮਾਨਿਆਂ ਦੇ ਵਿੱਚ ਲੋਕ ਗੀਤ ਅਸੀਂ ਕਹਿ ਦਿੰਦੇ ਜੀ ਫਲਾਨਾ ਲੋਕ ਗੀਤ ਜਿਹੜਾ ਹੈਗਾ ਉਹ ਫਲਾਨਾ ਲੋਕ ਗੀਤ ਫਲਾਨੇ ਨੇ ਗਾਇਆ, ਇਹ ਗਾਇਕਾ ਐਸੀ ਗਾਇਕਾ ਜਿਨ੍ਹਾਂ ਦੇ ਗੀਤ ਲੋਕ ਗੀਤ ਬਣੇ, ਲੋਕਾਂ ਨੇ ਪ੍ਰਵਾਨ ਚੜ੍ਹਾਏ ਗੀਤ ਉਹਨਾਂ ਦੇ, ਔਰ ਲੋਕ ਗੀਤ ਵਾਂਗੂ ਅੱਜ ਵੀ ਦਹਾਕਿਆਂ ਬਾਅਦ ਵੀ 2006 ਦੀ ਗੱਲ ਕਰੀਏ, 2006 ਨੂੰ ਇਸ ਦੁਨੀਆ 'ਚੋਂ ਗਏ ਨੇ ਅੱਜ ਦੇ ਦਿਨ 14 ਜੂਨ ਨੂੰ, ਅਤੇ ਅੱਜ ਤੱਕ ਅਤੇ ਰਹਿੰਦੀ ਦੁਨੀਆ ਤੱਕ ਅਗਲੀਆਂ ਪੀੜ੍ਹੀਆਂ ਤੱਕ ਵੀ ਉਹਨਾਂ ਸੰਗੀਤ ਸਾਡੇ ਦਿਲਾਂ ਦੇ ਵਿੱਚ ਜਿੰਦਾ ਰਹੇਗਾ ਜੀ। 25 ਨਵੰਬਰ 1929 ਨੂੰ ਇਹਨਾਂ ਦਾ ਜਨਮ ਹੋਇਆ ਸੀ। ਬਾਕੀ ਸੁਰਿੰਦਰ ਕੌਰ ਜੀ ਦੀ ਮੈਂ ਗੱਲ ਕਰ ਰਿਹਾ, ਪੰਜਾਬ ਦੀ ਕੋਇਲ ਜਿਹਨਾਂ ਨੂੰ ਖਿਤਾਬ ਮਿਲਿਆ, ਔਰ ਉਹਨਾਂ ਦੀ ਗੱਲ ਕਰ ਰਿਹਾ। ਬਹੁਤ ਵਾਰੀ ਉਹਨਾਂ ਦੀ ਗੱਲ ਕੀਤੀ, ਇਹੋ ਜਿਹੇ ਪ੍ਰੋਗਰਾਮ ਤਾਂ ਕਰਕੇ ਭਾਵੇਂ ਅਸੀਂ ਰੋਜ਼ ਕਰੀਏ, ਸਾਡਾ ਤਨ ਤਾਂ ਵੀ ਨਾ ਮਨ ਅੱਕਦਾ ਨਾ ਥੱਕਦਾ, ਸਾਡੇ ਸਰੋਤੇ ਦਰਸ਼ਕ ਜਿਹੜੇ ਹੈਗੇ ਨੇ ਉਹ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਸੋ ਇੱਕ ਬੜੀ ਹੋਰ ਅੱਜ ਜਿੱਥੇ ਸੁਰਿੰਦਰ ਕੌਰ ਜੀ ਨੂੰ ਯਾਦ ਕਰਕੇ ਮਨ ਮਹਿਸੂਸ ਕਰ ਰਹੇ, ਉੱਥੇ ਇੱਕ ਹੋਰ ਚਲੋ ਮੇਰੇ ਵਾਸਤੇ ਮਾਣ ਦੀ ਗੱਲ ਆ ਕਿ ਮੇਰੇ ਪਹਿਲਾਂ ਪ੍ਰੋਗਰਾਮਾਂ ਦੇ ਵਿੱਚ ਅਕਸਰ ਹਾਜ਼ਰੀ ਲਵਾਉਂਦੇ ਸੀ, ਸੋਮਵਾਰ ਦੀ ਸੋਮਵਾਰ ਅਸ਼ੋਕ ਬੋਹਰਾ ਜੀ, ਉਸ ਤੋਂ ਬਾਅਦ ਇੰਡੀਆ ਚਲ ਗਏ, ਉਸ ਤੋਂ ਬਾਅਦ ਥੋੜ੍ਹਾ ਬਹੁਤ ਬਿਜ਼ੀ ਰਹਿਣ ਕਰਕੇ ਸਮਾਂ ਘੱਟ ਮਿਲਿਆ ਸੀ। ਅਤੇ ਅੱਜ ਸੁਰਿੰਦਰ ਕੌਰ ਜੀ ਦੀ ਇਸ ਮਹਾਨ ਹਸਤੀ ਦੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਐਸ ਅਸ਼ੋਕ ਬੋਹਰਾ ਜੀ ਉਚੇਚੇ ਤੌਰ 'ਤੇ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਕਰੀਏ ਅਤੇ ਨਾਲ ਦੀ ਨਾਲ ਗੱਲ ਨੂੰ ਅੱਗੇ ਤੋਰਦੇ ਹਾਂ ਜੀ। ਭੋਰਾ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਅਤੇ ਧੰਨਵਾਦ। ਜੱਗੀ ਜੀ, ਬਹੁਤ ਮਿਹਰਬਾਨੀ, ਮੈਨੂੰ ਚੰਗਾ ਲੱਗਦਾ ਵੀ ਚਲੋ ਕਈ ਵਾਰੀ ਮਜਬੂਰੀਆਂ ਜਾਂ ਕੁਛ ਹੁੰਦੇ ਨੇ ਵੀ ਰੁਝੇਵੇਂ ਨੇ, ਕਿ ਇੱਕ ਮੈਂ ਕਿੰਨਾ ਹੀ ਬੁੱਕ ਵਰਕ ਕਰਨ ਲੱਗਾ ਹੋਇਆ ਸੀ ਅਤੇ ਉਹਦੇ 'ਚ ਬਿਜ਼ੀ ਸੀਗਾ, ਤੁਸੀਂ ਭੁਲਾਉਂਦੇ ਨਹੀਂ ਹੋ, ਅਤੇ ਇਸ ਕਰਕੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ। ਹਾਂ, ਮੈਨੂੰ ਪਤਾ ਜੀ ਤੁਸੀਂ ਬੁੱਕ ਵਰਕ ਕਰ ਰਹੇ ਸੀ ਬਹੁਤ ਵਧੀਆ ਤਰੀਕੇ ਨਾਲ, ਅਤੇ ਨਾਲ ਦੀ ਨਾਲ ਮੈਂ ਉਹਦੇ 'ਤੇ ਉਚੇਚੇ ਤੌਰ 'ਤੇ ਜ਼ਰੂਰ ਤੁਹਾਡੇ ਕੋਲ ਸਮਾਂ ਮੰਗੂਗਾ ਕਿਸ ਦਿਨ, ਤੁਹਾਡੀਆਂ ਜਿਸ ਦਿਨ ਅਸੀਂ ਸਿਰਫ ਤੁਹਾਡੀਆਂ ਬੁੱਕਸ 'ਤੇ ਹੀ ਗੱਲ ਕਰਾਂਗੇ, ਬਾਕੀ ਸੰਗੀਤ ਦੀ ਗੱਲ ਉਦੋਂ ਨਹੀਂ ਕਰਾਂਗੇ, ਉਹ ਸਮਾਂ ਜ਼ਰੂਰ ਮੈਂ ਚਾਹਾਂਗਾ ਕਿਸ ਦਿਨ ਆਪਾਂ ਗੱਲ ਕਰੀਏ। ਨਹੀਂ ਕੋਈ, ਅਤੇ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਜੀ, ਵੈਸੇ ਤਾਂ ਐਸੇ ਪ੍ਰੋਗਰਾਮ ਅਸੀਂ ਚਾਹੇ ਰੋਜ਼ ਹੀ ਕਰਦੇ ਰਹੀਏ ਦਿਹਾੜੀ 'ਚ, ਭਾਵੇਂ 10-10 ਘੰਟੇ ਕਰੀ ਜਾਈਏ, ਅਤੇ ਸਾਡੇ ਦਰਸ਼ਕ ਵੀ ਉੱਤੋਂ ਉੱਭਦੇ ਨਹੀਂ ਹੈਗੇ, ਉੱਕਦੇ ਨਹੀਂ ਹੈਗੇ, ਅੱਕਦੇ ਨਹੀਂ ਹੈਗੇ। ਅਤੇ ਸੋ ਅੱਜ ਸੁਰਿੰਦਰ ਕੌਰ ਜੀ ਦੀ ਬਰਸੀ ਹੈਗੀ ਜੀ ਅੱਜ, ਸੋ ਮੈਂ ਕਿਹਾ ਅੱਜ ਉਹਨਾਂ ਨੂੰ ਯਾਦ ਕਰੀਏ ਤਾਂ ਬਹੁਤ ਚੰਗਾ ਲੱਗੇਗਾ। ਜੱਗੀ ਜੀ, ਸੁਰਿੰਦਰ ਕੌਰ ਹੋਰਾਂ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਹੁਣੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੀ ਗੱਲ ਕੀਤੀ ਆ, ਅੱਜ ਉਹਨਾਂ ਦਾ ਸ਼ਹੀਦੀ ਪੁਰਬ ਹੈ ਅਤੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਹੈ। ਅਤੇ ਸੁਰਿੰਦਰ ਕੌਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੁੱਖ ਸਤਰਾਂ
ਅੱਜ ਦੇ ਪ੍ਰਸੰਗ 'ਚ ਅੱਜ ਦੇ ਇਸ ਦਿਹਾੜੇ 'ਤੇ ਕਹਿਣਾ ਚਾਹੂੰਗਾ ਕਿ ਇੱਕ ਮਰਨਾ ਸੀ ਜ਼ੋਰਾਵਰ ਦਾ, ਇੱਕ ਮਰਨਾ ਸੀ ਗੰਗੂ ਦਾ, ਇੱਕ ਮਰਨਾ ਸੀ ਜ਼ੋਰਾਵਰ ਦਾ, ਇੱਕ ਮਰਨਾ ਸੀ ਗੰਗੂ ਦਾ, ਇੱਕ ਮਰਨਾ ਸੀ ਗੁਰੂ ਅਰਜਨ ਦਾ, ਤੇ ਇੱਕ ਮਰਨਾ ਸੀ ਚੰਦੂ ਦਾ। ਕਹਿੰਦੇ ਨੇ ਕਿ ਤੱਤੀ ਤੱਤੀ ਰੇਤ ਦੇ ਗਰਮੀ ਦੀ ਅੱਗ ਉੱਤੋਂ ਸੂਰਜ ਬਰਾ ਰਿਹਾ, ਗਰਮੀ ਦੀ ਅੱਗ ਉੱਤੋਂ ਸੂਰਜ ਬਰਾ ਰਿਹਾ, ਤੱਤੀ ਤੱਤੀ ਰੇਤ ਦੇ ਫੁਆਰੇ ਚੰਦੂ ਪਾ ਰਿਹਾ ਜੀ, ਲਟਾ ਲਟ ਅੱਗ ਵਾਲੇ ਪਿੱਠੂ ਸਰਕਾਰ ਦਾ, ਤੱਤੀਆਂ ਲੋਹਾਂ ਤੇ ਬੈਠਾ ਰੂਪ ਕਰਤਾ। ਸੋ ਇਹ ਇਹ ਦਿਨ ਬੜਾ ਮਹਾਨ ਹੈ, ਔਰ ਇਸ ਦਿਨ ਦੀ ਸਾਰੀ ਸਿੱਖ ਕੌਮ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ। ਤੇ ਗੱਲ ਸੁਰਿੰਦਰ ਕੌਰ ਦੀ ਭਰਾ ਜਾਂਦੇ ਹਾਂ, ਮੈਂ ਇਸ ਗੱਲ ਦਾ ਪਹਿਲਾਂ ਵੀ ਜ਼ਿਕਰ ਕੀਤਾ ਕਿ ਸੁਰਿੰਦਰ ਕੌਰ ਅਸਲ 'ਚ ਪੰਜਾਬੀ ਗਾਇਕੀ ਦੀ ਗਾਇਕ ਪੰਜਾਬੀ ਗਾਇਕੀ 'ਚ ਇੱਕ ਸੁਰ ਨਹੀਂ ਸੀ, ਇੱਕ ਗਾਇਕਾ ਨਹੀਂ ਸੀ ਜੀ, ਸਗੋਂ ਪੰਜਾਬੀ ਗਾਇਕੀ 'ਚ ਉਹਨੂੰ ਇੱਕ ਦੇਵੀ ਵਾਂਗ ਮੰਨਿਆ ਜਾਂਦਾ। ਬਿਲਕੁਲ, ਮਤਲਬ ਉਹਨੂੰ ਪੰਜਾਬ ਦੀ ਚਾਹੇ ਕੋਇਲ ਦਾ ਖਿਤਾਬ ਮਿਲ ਗਿਆ, ਪਰ ਉਹ ਸਾਡੇ ਪੰਜਾਬੀ ਸੁਭਾਅ 'ਚ ਇੱਕ ਦੇਵੀ ਗਾਇਕਾ ਸੀ, ਪਿੰਡਾਂ ਦੇ ਲੋਕਾਂ ਲਈ, ਕਿਉਂਕਿ ਉਦੋਂ ਹਲੇ ਪੜ੍ਹਿਆ ਲਿਖਿਆ ਯੁੱਗ ਇੰਨਾ ਵਿਕਸਿਤ ਨਹੀਂ ਹੋਇਆ ਸੀ, ਸੰਚਾਰ ਸਾਧਨ ਵਿਕਸਿਤ ਨਹੀਂ ਹੋਏ ਸੀ, ਨੈੱਟ ਦੀ ਦੁਨੀਆ ਨਹੀਂ ਆਈ ਸੀ, ਉਦੋਂ ਪੇਂਡੂ ਲੋਕਾਂ ਦੇ ਵਿੱਚ ਉਹ ਸੁਰਿੰਦਰ ਕੌਰ ਘੱਟ ਸੀ ਤੇ ਸ਼ੈਲਿੰਦਰਾਂ ਕਰਕੇ ਜ਼ਿਆਦਾ, ਸ਼ੈਲਿੰਦਰਾਂ ਆ ਗਈ ਹਾਂਜੀ, ਤੇ ਲੋਕੀ ਬਜ਼ੁਰਗ ਜਾਂ ਹੋਰ ਹੈ ਕਿ ਜਦੋਂ ਕਿਤੇ ਪ੍ਰੋਗਰਾਮ ਹੁੰਦਾ ਸੀਗਾ, ਕਿਉਂਕਿ ਪ੍ਰੋਗਰਾਮ ਹੁੰਦੇ ਵੀ ਘੱਟ ਸੀਗੇ, ਤੇ ਜਦੋਂ ਕਿਤੇ ਪ੍ਰੋਗਰਾਮ ਹੁੰਦਾ ਸੀਗਾ ਤੇ ਵਿਆਹਾਂ ਜਿੰਨਾ ਚਾਅ ਚੜਿਆ ਹੁੰਦਾ ਸੀ, ਤੇ ਬਜ਼ੁਰਗ ਆਪਣੇ ਪੁੱਤਰਾਂ ਨੂੰ ਹਦਾਇਤ ਕਰਿਆ ਕਰਦੇ ਸੀ ਕਿ ਪੁੱਤਰੋ ਕੰਮ ਧੰਦਾ ਵੇਲੇ ਸਿਰ ਨਪਟਾ ਲਿਓ, ਹੱਥ ਨੇ ਸ਼ੈਲਿੰਦਰਾਂ ਦਾ ਪ੍ਰੋਗਰਾਮ ਵੇਖਣ ਜਾਣਾ। ਸੋ ਜਦੋਂ ਰੇਡੀਓ ਤੋਂ ਕਿਤੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈ ਆ, ਇਹ ਇਹ ਗੀਤ ਜਦੋਂ ਅਸੀਂ ਸੁਣਦੇ ਸੀਗੇ ਗੜਵਾਲ ਦੇ ਚਾਂਦੀ ਦਾ, ਤਾਂ ਸੁਰਿੰਦਰ ਕੌਰ ਪਿੰਡਾਂ ਤੱਕ ਮਤਲਬ ਇੱਕਦਮ ਸਿੱਧੇ ਰੂਪ 'ਚ ਪਹੁੰਚ ਜਾਂਦੀ ਸੀ, ਕਿਉਂਕਿ ਆਲ ਇੰਡੀਆ ਰੇਡੀਓ 'ਚ ਇੱਕ ਸਮਾਂ ਸੀਗਾ ਜਦੋਂ ਸਭ ਤੋਂ ਵੱਧ ਗੀਤ ਸੁਰਿੰਦਰ ਕੌਰ ਦੇ ਵਜਾਏ ਜਾਂਦੇ ਸੀਗੇ, ਫਰਮਾਇਸ਼ੀ ਗੀਤ ਹੁੰਦੇ ਸੀ। ਤੇ ਮੈਂ ਇਹ ਸਮਝਦਾ ਕਿ ਸਾਡੀ ਖੁਸ਼ਕਿਸਮਤੀ ਜਾਂ ਮੇਰੀ ਖੁਸ਼ਕਿਸਮਤੀ ਇਹ ਆ ਵੀ ਮੈਂ ਆਪਣੇ ਜ਼ਿੰਦਗੀ ਦੇ ਪੰਧ ਚੋਂ 8-10 ਸਾਲ ਸੁਰਿੰਦਰ ਕੌਰ ਹੋਰਾਂ ਨਾਲ ਬੜੇ ਨੇੜੇ ਤੋਂ ਹੋ ਕੇ ਗੁਜ਼ਾਰੇ ਆ। ਸੋ ਇਸ ਕਰਕੇ ਮੈਨੂੰ ਉਹਨਾਂ ਦੀ ਅੱਜ ਗੱਲ ਕਰਕੇ ਚੰਗਾ ਵੀ ਲੱਗਦਾ ਤੇ ਬਹੁਤ ਚੰਗਾ ਵੀ ਲੱਗਦਾ ਜੀ। ਚਲੋ, ਮੈਂ ਵੀ ਜਦੋਂ ਤੁਹਾਡੇ ਨਾਲ ਕਿਸੇ ਵੀ ਅਸੀਂ ਕਲਾਕਾਰ ਦੀ ਗੱਲ ਕਰਦੇ ਹਾਂ ਤੇ ਇਸ ਗੱਲੋਂ ਬਹੁਤ ਜ਼ਿਆਦਾ ਵਧੀਆ ਲੱਗਦਾ। ਮੈਂ ਕਿਸੇ ਦੀ ਗੱਲ ਕਰਦਾ ਜਿਹਨਾਂ ਨਾਲ ਮੈਂ ਥੋੜ੍ਹਾ ਬਹੁਤ ਵੀ ਵਿਚਰਿਆ ਹੋਵਾਂ ਤੇ ਉਹਨਾਂ ਦੀ ਗੱਲ ਕਰਦਾ ਹਾਂ, ਤਾਂ ਮੈਨੂੰ ਇੱਕ ਵੱਖਰੀ ਤਰ੍ਹਾਂ ਦੀ ਗੱਲ ਹੁੰਦੀ ਹੈ, ਜੇ ਮੈਂ ਪੜ੍ਹ ਕੇ ਜਿਹੜੀ ਬੋਲਦਾ ਉਹ ਵੱਖਰੀ ਤਰ੍ਹਾਂ ਦੀ ਗੱਲ ਹੁੰਦੀ ਹੈ। ਸੋ ਤੁਸੀਂ ਬਹੁਤ ਸਾਰੇ ਤਕਰੀਬਨ ਕਲਾਕਾਰਾਂ ਨਾਲ ਵਿਚਰੇ ਹੋ, ਇਕਬਾਲ ਮਾਲ ਸਾਹਿਬ ਜ਼ਿਕਰ ਕਰਦੇ ਹੁੰਦੇ ਕਾਫੀ, ਉਹਨਾਂ ਨਾਲ ਕਾਫੀ ਵਿਚਰਨ ਦਾ ਮੌਕਾ ਮਿਲਿਆ ਸੁਰਿੰਦਰ ਕੌਰ ਜੀ ਦਾ। ਇਕਬਾਲ ਹੁਣੀ ਸਾਡੇ ਨਾਲ ਦੇ ਪੇਂਡੂ ਮਾਲ ਗੱਲਾਂ ਤੋਂ ਨੇ, ਸਾਡੇ ਲਗਭਗ ਪੇਂਡੂ ਨੇ, ਇੱਕੋ ਸਕੂਲ 'ਚ ਅਸੀਂ ਪੜ੍ਹੇ ਹਾਂ, ਤੇ ਇਕਬਾਲ ਹੁਣਾਂ ਲਈ ਉਹ ਮਾਂ ਸੀ, ਤੇ ਇਕਬਾਲ ਹੁਣਾਂ ਕੋਲ ਉਹਨਾਂ ਦਾ ਬਹੁਤ ਸਾਰਾ ਜਿਹੜਾ ਨੇੜਲਾ ਇਤਿਹਾਸ ਖਜ਼ਾਨਾ ਹੈਗਾ, ਖਜ਼ਾਨਾ ਵੀਡੀਓ ਦੀਆਂ ਖਜ਼ਾਨਾ। ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਮੇਰੇ ਕਿਸੇ ਵੀ ਵੀਡੀਓ ਤੇਰੇ ਕੋਲ ਕੋਈ ਵੀ ਚਾਹੀਦੀ ਆ, ਮੇਰੇ ਕੋਲ ਮੇਰੇ ਵੱਲੋਂ ਫੁੱਲ ਰਾਈਟਸ ਨੇ ਤੈਨੂੰ, ਕੋਈ ਵੀ ਕਿਸੇ ਵੀ ਕਲਾਕਾਰ ਜਿਹੜੇ ਮੇਰੇ ਕੋਲ ਆਏ ਨੇ ਤੇ ਮੈਨੂੰ ਬੜਾ ਪਿਆਰ ਕਰਦੇ, ਸੋ ਬੜਾ ਮਾਣ ਮਹਿਸੂਸ ਹੁੰਦਾ ਜੀ ਉਹਨਾਂ 'ਤੇ, ਬੜਾ ਖਜ਼ਾਨਾ ਸਾਂਭ ਕੇ ਰੱਖਿਆ ਪੁਰਾਣਾ ਉਹਨਾਂ ਨੇ ਜੀ। ਤੇ ਇੱਕ ਜਿੰਨਾ ਕੁ ਮੈਂ ਗਾਇਕੀ ਦੇ ਨਾਲ ਸਫ਼ਰ ਤੈਅ ਕੀਤਾ, ਜਿੰਨਾ ਕੁ ਮੈਂ ਇਹਨਾਂ ਸੁਰਾਂ ਦੇ ਵਿੱਚ ਦੀ ਗੁਜ਼ਰਿਆ, ਉਹਨਾਂ 'ਚ ਸੁਰਿੰਦਰ ਕੌਰ ਇੱਕ ਐਸੀ ਮਤਲਬ ਸ਼ਖਸੀਅਤ ਹੈ ਜਿਹਦੇ ਲਿਖਣਾ ਇੱਕ ਅਲੱਗ ਅਲੱਹਦਾ ਗੱਲ ਹੈ, ਕਿਸੇ ਖਾਸ ਫੀਲਡ 'ਤੇ ਕੰਮ ਕਰਨਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਨੇਚਰ ਆਫ ਵਰਕ ਕੋਈ ਵੀ ਹੋ ਸਕਦਾ, ਪਰ ਨਾ ਤੁਸੀਂ ਜਦੋਂ ਮਿਲਦੇ ਹੋ, ਤੁਸੀਂ ਕਿਸੇ ਤੋਂ ਕੁਝ ਸਿੱਖਦੇ ਹੋ, ਜਿਨ੍ਹਾਂ ਨੇ ਤੁਹਾਡੇ ਪੱਲੇ 'ਚ ਕੁਛ ਪਾਇਆ ਹੁੰਦਾ ਉਹਨਾਂ ਦਾ ਤੁਹਾਡੇ ਚੇਤਿਆਂ 'ਚੋਂ ਖਿਸਕਣਾ ਬਹੁਤ ਔਖਾ ਹੁੰਦਾ ਜੀ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਆਸਾ ਸਿੰਘ ਮਸਤਾਨਾ ਨੂੰ ਗ੍ਰੀਨ ਪਾਰਕ 'ਚ ਸੁਰਿੰਦਰ ਕੌਰ ਹੋਰਾਂ ਨੇ ਮੈਨੂੰ ਪਹਿਲਾਂ ਮਿਲਾਇਆ, ਠੀਕ ਹੈ, ਮਤਲਬ ਮੈਂ ਬੜਾ ਛੋਟਾ ਸੀਗਾ ਜਦੋਂ ਅਸੀਂ ਸ਼ੌਂਕੀ ਮੇਲਾ ਸ਼ੁਰੂ ਕੀਤਾ ਇਹ 89 'ਚ, ਅਤੇ ਮੈਂ ਕਿਹਾ ਸੁਰਿੰਦਰ ਕੌਰ ਆਏਗੀ, ਅਤੇ ਕਹਿੰਦੇ ਸੀ ਵੀ ਛੋਟਾ ਜਿਹਾ ਮੁੰਡਾ, ਇਹਦੇ ਕਹਿੰਦੇ ਸੁਰਿੰਦਰ ਕੌਰ ਕਿੱਦਾਂ ਆਜੂਗੀ, ਸੁਰਿੰਦਰ ਕੌਰ ਦਾ ਤਾਂ ਬਹੁਤ ਵੱਡਾ ਨਾਂ ਹੈ। ਹਾਂਜੀ, ਅਤੇ ਸੁਰਿੰਦਰ ਕੌਰ ਆਈ ਹੀ ਨਹੀਂ, 2 ਦਿਨ ਪਹਿਲਾਂ ਆ ਗਈ।
ਵਾਹ ਜੀ ਵਾਹ। ਤੇ ਜਲੰਧਰ ਦੇ ਸਕਾਈ ਲਾਰਕ ਹੋਟਲ 'ਚ ਉਹਨਾਂ ਨੂੰ ਠਹਿਰਾਇਆ ਅਤੇ ਉੱਥੇ ਦੂਰਦਰਸ਼ਨ ਨੇ ਲਖਵਿੰਦਰ ਜੌਹਲ ਹੋਰਾਂ ਦੀ ਅਗਵਾਈ 'ਚ ਅਤੇ ਸਿੰਘ ਹੋਰਾਂ ਨੇ ਉਹਨਾਂ ਨੇ ਇੰਟਰਵਿਊ ਕੀਤੀ। ਇੱਕ ਘੰਟੇ ਦੀ ਅਸੀਂ ਡਾਕੂਮੈਂਟਰੀ ਬਣਾਈ ਜੀ। ਅੱਛਾ, ਸਬੱਬ ਕੀ ਸੀਗਾ? ਸਬੱਬ ਸੀਗਾ ਕਿ ਮੈਂ ਕਿਉਂਕਿ ਅਸੀਂ ਇੱਥੇ ਮੇਲੇ 'ਚ ਤੁਹਾਨੂੰ ਅੱਜ ਭੇਦ ਖੋਲਦਾ ਕਿ ਅਸੀਂ ਸਿਰਫ 1100 ਰੁਪਈਆ ਹਾਂਜੀ ਤੇ ਫਸਟ ਕਲਾਸ ਦੀ ਟਿਕਟ ਜਿਹੜੀ ਉਦੋਂ 151 ਰੁਪਏ ਦੀ ਆਈ ਸੀ ਦਿੱਲੀ ਦੀ ਟ੍ਰੇਨ, ਦਿੱਲੀ ਦੀ ਹਾਂਜੀ, ਤੇ ਨਾਲ ਨਾਲ ਉਹਨਾਂ ਦੇ ਢੋਲਕ ਮਾਸਟਰ ਸੀ ਤੇ ਖੱਬੇ ਕੰਨ ਦੇ ਪਿੱਛੇ ਮੇਰੇ ਕੋਲ ਹਲੇ ਕਿਤੇ ਨੇ ਫੋਟੋਆਂ ਦੇਖੀਆਂ ਹੋਣ ਤੇ ਧਿਆਨ ਦੇ ਕੇ ਦੇਖਿਓ ਵੀ ਜਦੋਂ ਆਈ ਸੀ ਖੱਬੇ ਕੰਨ ਦੇ ਪਿੱਛੇ ਨਾ ਜ਼ਖਮ ਹੋਇਆ ਸੀ ਤੇ ਪੱਟੀ ਬਣੀ ਹੋਈ ਸੀ। ਅੱਛਾ ਜੀ। ਤੇ ਸੁਰਿੰਦਰ ਕੌਰ ਆਈ ਮੈਨੂੰ ਕਹਿੰਦੀ ਵੀ ਚਲੋ ਹੁਣ ਤੁਸੀਂ, ਅਸੀਂ 1100 ਰੁਪਇਆ ਸਿਰਫ ਦਿੱਤਾ ਤੇ ਮੈਨੂੰ ਕਹਿੰਦੀ ਵੀ ਚਲੋ ਤੁਸੀਂ ਦੂਰਦਰਸ਼ਨ ਚ ਕੁਛ ਏਦਾਂ ਕੋਈ ਬਿਨਾਂ ਰੇਡੀਓ ਤੇ ਅਰੇਂਜ ਕਰ ਦਿਓ। ਬਲਵੀਰ ਕਾਸੀ ਹੋਣੀ ਸੀਗੀ ਰੇਡੀਓ ਤੇ, ਮੈਂ ਰੇਡੀਓ ਤੇ ਤਾਂ ਨਹੀਂ ਇੱਕਦਮ ਅਰੇਂਜ ਹੋ ਸਕਿਆ, ਪਰ ਮੈਂ ਜੌਹਲ ਹੋਰਾਂ ਨੂੰ ਕਿਹਾ ਤੇ ਉਹਨਾਂ ਨੇ ਇੱਕ ਘੰਟੇ ਦੀ ਇੰਟਰਵਿਊ ਰਿਕਾਰਡ ਕੀਤੀ ਤੇ ਨਿਸ਼ਚੈ ਆ ਕੇ ਕੁਛ ਖਰਚ ਪਾਣੀ ਜਿਹੜਾ ਉਹ ਦੂਰਦਰਸ਼ਨ ਤੋਂ ਵੀ ਉਹਨਾਂ ਨੂੰ ਮਿਲ ਗਿਆ। ਮਤਲਬ ਇਹ ਇਹ ਗੱਲ ਮੈਂ ਤਾਂ ਕਰਦਾ ਕਿ ਜਿਸ ਕਮਰਸ਼ੀਅਲ ਯੁੱਗ 'ਚ ਆਪਾਂ ਸਾਰੇ ਸਾਹ ਲੈ ਰਹੇ ਹਾਂ, ਸੁਰਿੰਦਰ ਕੌਰ ਹੋਣਾ ਦਾ ਕਮਰਸ਼ੀਅਲ ਯੁੱਗ ਇੱਦਾਂ ਦਾ ਸੀਗਾ। ਹਾਂ, ਮੇਰਾ ਖਿਆਲ ਤਾਂ ਭਾਰਤ ਸਾਹਿਬ ਉਹ ਅਖੀਰ ਤੱਕ ਵੀ ਉਸ ਤਰ੍ਹਾਂ ਦੇ ਕਮਰਸ਼ੀਅਲ ਨਹੀਂ ਹੋਏ ਜਿਸ ਤਰ੍ਹਾਂ ਦੇ ਸਾਡੇ ਅੱਜ ਕੱਲ੍ਹ ਦੇ ਗਾਇਕ ਕਹਿ ਲਓ, ਫਿਲਮਾਂ ਵਾਲੇ ਐਕਟਰ ਕਹਿ ਲਓ, ਅਤੇ ਅਖੀਰ ਤੱਕ ਹੀ ਨਹੀਂ ਹੋਇਆ ਇਹੋ ਜਿਹੇ ਕਮਰਸ਼ੀਅਲ ਦਾ। ਮੇਰੇ ਖਿਆਲ 'ਚ ਇੱਕ ਗੱਲ ਤਾਂ ਮੈਂ ਸ਼ਾਇਦ ਪਹਿਲਾਂ ਸ਼ੇਅਰ ਵੀ ਨਹੀਂ ਕੀਤੀ ਹੋਣੀ ਜੱਗੀ ਜੀ, ਜੀ ਸੁਭਾਅ ਇਹ ਹੁੰਦਾ ਸੀਗਾ ਵੀ ਕਈ ਗਾਉਣ ਵਾਲੇ ਪੰਜਾਬ ਤੋਂ ਚਲ ਗਏ ਦਿੱਲੀ, ਐਚ ਐਮ ਬੀ ਦੀ ਰਿਕਾਰਡਿੰਗ ਹੈ ਅਤੇ ਨਾਲ ਡਿਊਟਰ ਨਹੀਂ ਹੈਗੀ ਕੋਈ ਵੀ, ਜੇ ਹੈ ਤੇ ਉਹ ਐਚ ਐਮ ਬੀ ਨੂੰ ਪ੍ਰਵਾਨ ਨਹੀਂ। ਉਦੋਂ ਫਿਰ ਕੀ ਹੁੰਦਾ ਸੀਗਾ ਵੀ ਸੁਰਿੰਦਰ ਕੌਰ ਨੂੰ ਬੁਲਾ ਲਓ। ਤੇ ਸੁਰਿੰਦਰ ਕੌਰ ਦਾ ਇਹੀ ਇੱਕ ਕਾਰਨ ਸੀਗਾ ਕਿ ਸੁਰਿੰਦਰ ਕੌਰ ਨੇ ਰੰਗੀਲੇ ਜੱਟ ਨਾਲ ਵੀ ਡਿਊਟ ਗੀਤ ਗਾ ਲਏ, ਸੁਰਿੰਦਰ ਕੌਰ ਨੇ ਹਰਚਰਨ ਗਰੇਵਾਲ ਨਾਲ ਵੀ ਗਾ ਲਏ, ਸੁਰਿੰਦਰ ਕੌਰ ਨੇ ਕਰਨੈਲ ਗਿੱਲ ਨਾਲ ਵੀ ਗਾ ਲਏ, ਜਗਜੀਤ ਜੀਰਵੀ ਨਾਲ ਵੀ ਗਾ ਲਏ, ਜੀਰਵੀ ਨਾਲ ਵੀ ਗਾ ਲਏ, ਮਸਤਾਨਾ ਸਾਹਿਬ ਸੇ ਸੁਰਿੰਦਰ ਕੌਰ ਨੇ ਦਰਦਾਰ ਸੰਧੂ ਨਾਲ ਵੀ ਗਾ ਲਿਆ, ਦੇ ਜੇਠ ਲਿਆ ਨੀ ਦਿੱਲੀਓ ਸੁਰਮੇ ਦਾਣੀ। ਹਾਂਜੀ ਹਾਂਜੀ ਹਾਂਜੀ। ਇੱਕ ਤਾਂ ਉਹਦਾ ਕਾਰਨ ਇਹ ਸੀਗਾ ਕਿ ਸੁਰਿੰਦਰ ਕੌਰ ਕੋਲ ਬਹੁਤਾ ਕਰਕੇ ਸਟੇਜ ਸ਼ੋਅ ਨਹੀਂ ਹੁੰਦੇ ਸੀ, ਉਹ ਪਿੰਡਾਂ ਦੇ ਅਖਾੜਿਆਂ 'ਚ ਘੱਟ ਜਾਂਦੇ ਸੀ। ਹਾਂਜੀ। ਤੇ ਉਹਨੂੰ ਇਹ ਸੀਗਾ ਵੀ ਚਲੋ ਐਚ ਐਮ ਬੀ ਜਿਹੜੀ ਕੰਪਨੀ ਸੀਗੀ ਉਹਨੂੰ ਰਾਇਲਟੀ ਮਿਲ ਜਾਂਦੀ ਸੀ ਕੁਛ, ਉਹ ਜਦੋਂ ਗੀਤ ਗਾਉਣ ਵੇਲੇ, ਜਦੋਂ ਮੈਂ ਐਚ ਐਮ ਬੀ 'ਚ ਗੀਤ, ਮੇਰੇ ਤਾਂ ਗੀਤ ਥੋੜ੍ਹੇ ਕਿਉਂਕਿ ਪੇਸ਼ੇਵਰ ਮੈਂ ਗੀਤਕਾਰ ਨਹੀਂ ਹਾਂ, ਐਚ ਐਮ ਬੀ 1990 ਤੱਕ ਕਿ ਜੇ ਤੁਹਾਡਾ ਗੀਤ ਰਿਕਾਰਡ ਹੁੰਦਾ ਤੇ ਤੁਹਾਨੂੰ ਪਹਿਲਾ ਜਿਹੜਾ ਟੋਕਨ ਮਨੀ ਆ, ਐਪਰੀਸੀਏਸ਼ਨ ਮਨੀ ਕਹਿ ਲਓ, ਵੀ ਤੁਹਾਡੀ ਪ੍ਰਸ਼ੰਸਾ 'ਚ ਤੁਹਾਨੂੰ 50 ਰੁਪਈਏ ਦਿੱਤੇ ਜਾਂਦੇ, ਮਨੀ ਆਰਡਰ ਆਉਂਦਾ ਸੀ 50 ਰੁਪਈਏ, ਤੇ ਬਾਕੀ ਗੀਤਕਾਰਾਂ ਨੂੰ ਜਿਵੇਂ ਜਾਂ ਗਾਇਕਾਂ ਨੂੰ ਸਾਰਿਆਂ ਨੂੰ ਰਾਇਲਟੀ ਸਿਸਟਮ ਜਿਹੜਾ ਸੀਗਾ। ਤੇ ਸੁਰਿੰਦਰ ਕੌਰ ਨੂੰ ਹੁੰਦਾ ਸੀਗਾ ਵੀ ਉਹਨਾਂ ਨੂੰ ਦਿੱਲੀ ਕੋਲ ਹੈ, ਐਚ ਐਮ ਬੀ ਦਾ ਭਾਰਤ ਨਗਰ ਦਰਿਆਗੰਜ ਸਟੂਡੀਓ ਹੁੰਦਾ ਸੀ ਤੇ ਸੁਰਿੰਦਰ ਕੌਰ ਮਾਲ ਰੋਡ ਤੇ ਰਵੇਰਾ ਬਿਲਡਿੰਗ 'ਚ ਰਹਿੰਦੀ ਹੁੰਦੀ ਸੀ, ਰਿਕਸ਼ਾ ਫੜਿਆ ਉੱਥੇ ਆ ਗਿਆ, ਨਾਲੇ ਗੀਤ ਗਾਲੇ, ਨਾਲੇ ਰਾਇਲਟੀ ਦਾ ਚੈਨਲ ਬਣ ਗਿਆ ਤੇ ਨਾਲੇ ਥੋੜੇ ਪੈਸੇ ਮਿਲ ਗਏ, ਇਸ ਕਰਕੇ ਵੀ ਇੱਕ ਕਾਰਨ ਸੀਗਾ ਕੋਨਾ ਗਾ। ਤੇ ਹੋਰ ਵੀ ਗੱਲ ਕਰਾਂਗੇ ਪਰ ਅਸਲ ਅਸੀਂ ਬ੍ਰੇਕ ਇੱਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਅਸੀਂ ਸੁਰਿੰਦਰ ਕੌਰ ਜੀ ਬਾਰੇ ਜਾਣਕਾਰੀ, ਵੈਸੇ ਮੈਂ ਗੀਤ ਵੀ 2-3 ਕੱਢੇ ਆ ਕਿਉਂਕਿ ਮੈਂ ਕੋਈ ਵੀ ਪ੍ਰੋਗਰਾਮ ਕਰੀਏ, ਚਾਹੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਕਰੀਏ, ਚਾਹੇ ਕੋਈ ਆਸ਼ਾ ਸਿੰਘ ਮਸਤਾਨਾ ਜੀ ਦਾ ਕਰੀਏ, ਅਤੇ ਸੁਰਿੰਦਰ ਕੌਰ ਜੀ ਦੇ ਨਾਲ ਜ਼ਿਕਰ ਆ ਹੀ ਜਾਂਦਾ। ਸੋ ਅੱਜ ਵੀ ਕੋਸ਼ਿਸ਼ ਕਰਾਂਗੇ ਅਸੀਂ ਜਾਂ ਤੁਹਾਡੇ ਹੁੰਦੇ ਜਾਂ ਤੁਹਾਡੇ ਤੋਂ ਹੁਣ ਬਾਅਦ ਦੇ ਵਿੱਚ ਗਾਣੇ ਵੀ ਮੈਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂ, ਤੁਸੀਂ ਇਸੇ ਤਰ੍ਹਾਂ ਨਾਲ ਜੁੜੇ ਰਹੋ। ਪਰ ਸਾਹਿਬ ਐਸ ਅਸ਼ੋਕ ਭੌਰਾ ਜੀ ਸਾਡੇ ਨਾਲ ਜੁੜੇ ਨੇ, ਸੁਰਿੰਦਰ ਕੌਰ ਜੀ ਦੀ ਅੱਜ ਗੱਲ ਕਰ ਰਹੇ ਹਾਂ, ਬੜਾ ਮਾਣ ਮਹਿਸੂਸ ਹੋ ਰਿਹਾ। ਤੁਸੀਂ ਵੀ ਆਪਣਾ ਜ਼ਿਕਰ, ਤੁਹਾਡੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ, ਸਾਡੇ ਦਰਸ਼ਕਾਂ ਦੇ ਕਾਫੀ, ਕੋਈ ਵੀ ਦੋ ਸ਼ਬਦ ਕਹਿਣਾ ਚਾਹੁੰਦੇ ਹੋ ਸੰਗੀਤ ਬਾਰੇ, ਸੁਰਿੰਦਰ ਕੌਰ ਜੀ ਬਾਰੇ ਤਾਂ ਜ਼ਰੂਰ ਕਹਿ ਸਕਦੇ ਹੋ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰਾ ਜੀ, ਬ੍ਰੇਕ ਤੋਂ ਬਾਅਦ ਇੱਕ ਜਿੱਦਣ ਵਧੀਆ ਗੱਲਬਾਤ ਹੋਵੇ ਤਾਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ, ਸਮਾਂ ਫਟਾਫਟ ਭੱਜਿਆ ਜਾਂਦਾ। ਅੱਜ ਵੀ ਬਹੁਤ ਵਧੀਆ ਗੱਲ ਹੋ ਰਹੀ ਹੈ, ਅਸ਼ੋਕ ਭੌਰਾ ਜੀ ਦੇ ਨਾਲ ਜੁੜਦੇ ਹਾਂ ਫਿਰ। ਜੀ ਭੌਰਾ ਸਾਹਿਬ ਜੀ, ਜੀ ਜੱਗੀ ਜੀ, ਅਤੇ ਹਾਂਜੀ ਸੁਰਿੰਦਰ ਕੌਰ ਜੀ ਦੀ ਅਸੀਂ ਗੱਲ ਕਰ ਰਹੇ ਸੀਗੇ। ਅਤੇ ਅੱਛਾ, ਜਿਵੇਂ ਮੈਨੂੰ ਲੱਗਦਾ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਕੋਈ ਆਪਣਾ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਅੜੇ ਨਹੀਂ ਕਿਤੇ ਪ੍ਰੋਗਰਾਮ ਵਾਸਤੇ, ਔਰ ਮੈਨੂੰ ਇਹ ਲੱਗਦਾ ਵੀ ਜਦੋਂ ਹੁਣ ਪ੍ਰੋਗਰਾਮਾਂ ਦੇ ਵਿੱਚ ਕਿਤੇ ਲੇਟ ਹੋ ਗਏ, ਵਾਰੀ ਨਾ ਆਈ ਲੇਟ ਜਾਂ ਬਾਹਲੀ ਲੇਟ ਆਈ, ਤਾਂ ਮੇਰਾ ਖਿਆਲ ਨਹੀਂ ਕਦੇ ਗੁੱਸਾ ਗੁੱਸਾ ਆਇਆ ਹੋਊ ਉਹਨਾਂ ਨੂੰ ਕਿ ਆਉਂਦਾ ਹੋਊ ਪ੍ਰੋਗਰਾਮਾਂ 'ਚ। ਨਹੀਂ, ਮੇਰੇ ਜਿੰਨਾ ਕੁ ਮੈਂ ਵਿਚ ਰਿਹਾ ਜੱਗੀ ਜੀ, ਮੈਂ ਕਦੀ ਸੁਰਿੰਦਰ ਕੌਰ ਨੂੰ ਖਫਾ ਹੁੰਦਿਆਂ ਨਹੀਂ ਵੇਖਿਆ। ਹਾਂ, ਮੈਂ ਲੱਗਦਾ ਸੀ ਉਹ ਇੱਕ ਉਸ ਤੋਂ ਵੀ ਵੱਡੀ, ਜਿਹੜੀਆਂ ਕੁਛ ਵੈਸੇ ਤੇ ਮਾਵਾਂ ਦੇ ਧੀਆਂ ਦੀਆਂ ਗੱਲਾਂ ਕਈ ਸਾਂਝੀਆਂ ਹੁੰਦੀਆਂ ਨੇ, ਪਰ ਜਿੰਨਾ ਮੈਂ ਡੋਲੀ ਨੂੰ 1-2 ਵਾਰੀ ਮਿਲਿਆ, ਜ਼ਿਆਦਾ ਨਹੀਂ ਮਿਲਿਆ ਮੈਂ, ਮਤਲਬ ਉਹਨਾਂ ਦਾ ਜਿਹੜੇ ਆਵਾਜ਼ ਦਾ ਸੁਮੇਲ ਨਹੀਂ, ਬਹੁਤ ਸਾਰੀਆਂ ਆਦਤਾਂ ਜਿਹੜੀਆਂ ਉਹ ਵੀ ਮਾਂ ਧੀ ਦੀਆਂ ਬਹੁਤ ਇੱਕੋ ਜਿਹੀਆਂ ਨੇ। ਜਿਵੇਂ ਜਿਵੇਂ ਸੁਰਿੰਦਰ ਕੌਰ ਕੋਲ ਪੇਸ਼ੈਂਸ ਬੜਾ ਸੀਗਾ, ਛੇਤੀ ਛੇਤੀ ਕਿਤੇ, ਜਿਹੜਾ ਬੰਦੇ ਟੈਂਪਰ ਲੂਜ਼ ਕਰਦੇ ਆ ਨਾ ਉਹ ਖਫਾ ਹੁੰਦੇ ਆ,
ਜਿਹਨਾਂ ਕੋਲ ਪੇਸ਼ੈਂਸ ਹੁੰਦਾ ਉਹ ਬੰਦੇ ਛੇਤੀ ਮਤਲਬ ਆਊਟ ਆਫ ਜਿਹੜਾ ਸੈਂਸ ਜਾਂ ਆਊਟ ਆਫ ਕੰਟਰੋਲ ਜਾਂ ਗੁੱਸੇ ਨਹੀਂ ਹੁੰਦੇ। ਹਾਂਜੀ, ਸੁਰਿੰਦਰ ਕੌਰ ਨੂੰ ਇਸ ਕਰਕੇ ਵੀ ਪਿਆਰ ਕੀਤਾ ਜਾਂਦਾ ਕਿ ਸੁਭਾਅ ਬੜਾ ਠੰਡਾ ਸੀਗਾ, ਤੇ ਉਹਨੂੰ ਜੇ ਤੁਸੀਂ ਨਾ ਸਮਕਾਲੀ ਗਾਇਕਾਂ ਬਾਰੇ ਕਿਤੇ ਟਿੱਪਣੀ ਵੀ ਕਰੋ ਤੇ ਕਈ ਵਾਰੀ ਉਹਨੂੰ ਇਹ ਪੁੱਛਿਆ ਜਾਂਦਾ ਸੀ ਵੀ ਤੁਸੀਂ ਹਰ ਇੱਕ ਨਾਲ ਹੀ ਗਾ ਲਿਆ, ਤੇ ਉਹ ਕਹਿੰਦੀ ਸੁਰਿੰਦਰ ਕੌਰ ਆ ਫਿਰ ਗਾ ਲਿਆ ਤੇ ਤਾਂ ਕੋਈ ਗੱਲ ਨੀ ਹਨਾ। ਤੇ ਦੂਸਰਾ ਹੈਗਾ ਉਹਨੂੰ ਫਿਰ ਕਈ ਵਾਰੀ ਇਹ ਪੁੱਛ ਲਿਆ ਜਾਂਦਾ ਸੀ ਵੀ ਤੁਸੀਂ ਕਈ ਵਾਰੀ ਦੇਖਦੇ ਨੀ ਵੀ ਇੱਦਾਂ ਦੇ ਗੀਤ ਗਾਉਣੇ ਚਾਹੀਦੇ ਆ ਜਾਂ ਨਹੀਂ ਗਾਉਣੇ ਚਾਹੀਦੇ। ਉਹ ਕਹਿੰਦੀ ਮੈਨੂੰ ਪਤਾ ਤਾਂ ਹੁੰਦਾ ਪਰ ਕਈ ਗਾਇਕ ਜਦੋਂ ਪੰਜਾਬ ਤੋਂ ਚੱਲ ਕੇ ਦਿੱਲੀ ਨੂੰ ਆਉਂਦੇ ਆ ਤੇ ਉਹਨਾਂ ਨੂੰ ਇਹ ਹੁੰਦਾ ਵੀ ਸੁਰਿੰਦਰ ਕੌਰ ਨਾਲ ਅਸੀਂ ਗਾਉਣਾ ਆ, ਜੇ ਮੈਂ ਨਾ ਗਾਵਾਂ ਤੇ ਉਹਨਾਂ ਦਾ ਵੀ ਦਿਲ ਟੁੱਟੇਗਾ। ਸੋ ਮੈਂ ਕਈ ਵਾਰੀ ਕਿਉਂਕਿ ਉਸ ਯੁੱਗ ਚ ਇੱਦਾਂ ਨੀ ਸੀਗਾ ਕਿ ਬਹੁਤ ਸਾਰੀਆਂ ਕੁੜੀਆਂ ਗਾਉਂਦੀਆਂ ਸੀ, ਕੁਛ ਕੁੜੀਆਂ ਗਾਉਂਦੀਆਂ ਸੀ, ਕਈਆਂ ਦੇ ਪੱਕੇ ਸੈੱਟ ਸੀਗੇ। ਸੋ ਇਸ ਕਰਕੇ ਸੁਰਿੰਦਰ ਕੌਰ ਨੂੰ ਬੜੀ ਡਰਮੇ ਵਾਲੀ ਬਹੁਤ ਅੱਛੀ ਗਾਇਕਾ ਜਿਹੜਾ ਮੰਨਿਆ ਜਾਂਦਾ ਸੀਗਾ। ਜਿਵੇਂ ਉਹਨਾਂ ਦਾ ਗੀਤ ਸੀ ਜਗਜੀਤ ਸਿੰਘ ਜੀਰਵੀ ਨਾਲ, ਨੌ ਸਹੁਰੇ ਦੀ ਸਾਲੀ ਬਾਬਾ ਪੋਤਰੀਆਂ ਦਾ ਮਾਸੜ ਬਣ ਗਿਆ ਨੀ, ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰ ਦਾ, ਤੇ ਉਹ ਇਹੋ ਜਿਹੇ ਟੇਸਟ ਦੇ ਵੈਸੇ ਘੱਟ ਗਾਏ ਗੀਤ ਉਹਨਾਂ ਨੇ। ਨਹੀਂ ਜਿੱਦਾਂ ਨਾ ਕਹਿ ਸਕਦੇ ਆ ਵੀ ਚੁਲਬਲੇ ਗੀਤ ਗਾਏ ਨੇ, ਇੱਕ ਹੈਗਾ ਆ ਸੁਰਿੰਦਰ ਕੌਰ ਨੂੰ ਜਿਹੜੇ ਜਾਣਨ ਵਾਲੇ ਉਹ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਵੀ ਸੁਰਿੰਦਰ ਕੌਰ ਜਦੋਂ ਵੀ ਤੁਹਾਡੇ ਨਾਲ ਵਿਚਰੀ ਆ ਉਹ ਇੱਕ ਦੇਵੀ ਵਾਂਗ ਵਿਚਰੀ ਆ, ਉਹ ਗਾਇਕਾ ਵਾਂਗ ਕਦੇ ਵੀ ਨਹੀਂ ਵਿਚਰੀ, ਠੀਕ ਹੈ। ਮੈਂ ਤੁਹਾਨੂੰ ਉਹਦੀ ਇੱਕ ਉਦਾਹਰਣ ਦਿੰਦਾ ਕਿ ਜਦੋਂ ਮਾਲਪੁਰ ਮੈਂ ਸਵੇਰ ਨੂੰ ਆਪ ਲੈਣ ਗਿਆ ਜਲੰਧਰ ਤੋਂ, ਜਦੋਂ ਮੇਲਾ ਸੀਗਾ ਜੀ, ਉਹਨੂੰ ਸਾਡੇ ਕੋਲ ਮਰੂਤੀ ਬੈਨ ਸੀਗੀ ਤੇ ਉਹਦੇ ਚ ਲੈ ਕੇ ਆਇਆ, ਮੇਰੀ ਗੱਡੀ ਚ ਸਤਨਾਮ ਮਾਣਕ ਤੇ ਪਰਮਜੀਤ ਬਿਰਕ ਦੋਵੇਂ ਅਜੀਤ ਨੇ ਉਹ ਵੀ ਨਾਲ ਸੀਗੇ ਤੇ ਅਸੀਂ ਤੰਗ ਹੋ ਕੇ ਵੀ ਬੈਠੇ ਆ, ਉਹਨੂੰ ਤਾਂ ਵੀ ਇੱਦਾਂ ਦਾ ਕੋਈ ਨੀ ਸੀਗਾ, ਉਹ ਕਹਿੰਦੀ ਵੀ ਮਾਹੌਲ ਬੜਾ ਅੱਛਾ ਬਣਿਆ ਹੋਇਆ। ਤੇ ਅੱਗੇ ਜਦੋਂ ਅਸੀਂ ਉੱਥੇ ਗਏ ਤੇ ਉਹਨਾਂ ਨੂੰ ਰਿਸੀਵ ਕਰਨ ਵਾਲਿਆਂ ਚ ਪ੍ਰੋਫੈਸਰ ਅਜੀਤ ਹੋਰੀ ਤੇ ਜੋਗਿੰਦਰ ਬਾਹਰਲਾ ਨਾਟਕਕਾਰ ਜਿਹਦਾ ਬਹੁਤ ਵੱਡਾ, ਉਹਨਾਂ ਨੇ ਉਹ ਰਿਸੀਵ ਕਰਨ ਚ ਸ਼ਾਮਲ ਸੀਗਾ। ਤੇ ਉਹਨੂੰ ਇਹ ਸੀਗਾ ਵੀ ਉਹਨੇ ਮੈਂ ਉਹਨੂੰ ਕਿਹਾ ਕਿ ਤੁਹਾਨੂੰ ਅਸੀਂ ਕਿਤੇ ਬਿਠਾ ਦਿੰਦੇ ਹਾਂ ਜਦੋਂ ਪੂਰਾ ਮੇਲੇ ਦਾ ਕਲਾਈਮੈਕਸ ਹੋ ਜਾਏਗਾ ਫਿਰ ਤੁਹਾਨੂੰ ਲੈ ਆਵਾਂਗੇ ਜੀ। ਉਹ ਮੈਨੂੰ ਕਹਿੰਦੀ ਨਹੀਂ ਮੈਂ ਇੱਥੇ ਹੀ ਰਹਿਣਾ ਭਾਵੇਂ ਹੁਣ ਲੋਕ 100 ਆ ਤੇ ਮੈਂ ਉਦੋਂ ਤੱਕ ਹੀ ਰਹਿਣਾ ਜਦੋਂ ਤੱਕ ਮੇਲਾ ਮੁੱਕਦਾ ਨਹੀਂ। ਕਿਆ ਬਾਤ, ਠੀਕ ਹੈ, ਕਿਆ ਬਾਤ, ਮਤਲਬ ਇਦਾਂ ਦਾ ਗਾਇਕਾਂ ਵਾਲਾ ਜਿਹੜਾ ਉਹਨਾਂ ਚ ਕੋਈ ਹੈ ਨਹੀਂ ਸੀਗਾ। ਤੇ ਜਦੋਂ ਵੀ ਮੈਂ ਤੇ ਹੋਰ ਦੱਸਦਾ ਵੀ ਮੈਂ ਦਿੱਲੀ ਜਾਣਾ ਹੁੰਦਾ ਸੀਗਾ, ਬਦਕਿਸਮਤੀ ਆ ਕਿ ਸੋਢੀ ਸਾਹਿਬ ਨਾਲ ਨਹੀਂ ਮੇਲ ਹੋ ਸਕਿਆ, ਉਹ ਖਾਲਸਾ ਕਾਲਜ ਪੜ੍ਹਾਉਂਦੇ ਸੀਗੇ ਉਹਨਾਂ ਦੇ ਹਸਬੈਂਡ। ਤੇ ਮੈਂ ਜਦੋਂ ਦਿੱਲੀ ਜਾਣਾ ਤੇ ਇੱਕ ਤਾਂ ਬੱਸ ਅੱਡੇ ਦੇ ਨੇੜੇ ਹੁੰਦਾ ਸੀ ਤੇ ਬੱਸ ਅੱਡੇ ਉਤਰਨਾ ਫੋਨ ਦੂਰਦਰਸ਼ਨ ਵਾਲੇ ਵੀ ਉਦੋਂ ਮੇਰੇ ਤੋਂ ਮੰਗਦੇ ਹੁੰਦੇ ਸੀ ਵੀ ਫਲਾਣੇ ਸਿੰਗਰ ਦਾ ਫੋਨ ਜਿਹੜਾ, ਬਿਲਕੁਲ ਠੀਕ ਹੈ ਹਾਂਜੀ। ਤੇ ਮੈਂ ਫੋਨ ਕਰਨਾ ਬੱਸ ਅੱਡੇ ਆ ਕੇ, ਉਹਨੂੰ ਕਹਿਣਾ ਮੇਰੇ ਕੋਲ 3-4 ਘੰਟੇ ਰੁਕ ਕੇ ਜਾਈ, ਠੀਕ ਹੈ। ਮਤਲਬ ਉਹ ਜਿਹੜੇ ਦਿਨ ਹੈ ਰਵੇਰਾ ਬਿਲਡਿੰਗ ਚੋਂ ਗੁਜ਼ਾਰੇ ਉਹ ਕਦੇ ਕਦੇ ਵੀ ਨਹੀਂ ਭੁੱਲ ਸਕਦੇ, ਕਦੇ ਵੀ ਨਹੀਂ ਭੁੱਲਦੇ ਜੀ। ਸੋ ਮੈਨੂੰ ਇੱਕ ਸੁਰਿੰਦਰ ਕੌਰ ਉਹ ਚਲੇ ਗਈ ਆ, ਕਿੰਨਾ ਚ 2006 ਤੋਂ 15 ਸਾਲ ਹੋ ਗਏ ਨੇ, 15 ਸਾਲ ਹੋ ਗਏ, ਪਰ ਅਸੀਂ ਉਹਨਾਂ ਨੂੰ ਯਾਦ ਇਸ ਕਰਕੇ ਕਰਦੇ ਹਾਂ, ਕੁਛ ਆਵਾਜ਼ਾਂ ਨੇ, ਕੁਛ ਲੋਕਾਂ ਨੇ, ਕੁਛ ਕਿਰਦਾਰਾਂ ਨੇ, ਕਦੇ ਵੀ ਆਪਣੇ ਕਲਚਰ ਚੋਂ ਮਨਫੀ ਨਹੀਂ ਹੋਣਾ ਹੁੰਦਾ, ਉਹਨਾਂ ਚੋਂ ਸੁਰਿੰਦਰ ਕੌਰ ਇੱਕ ਹੈ। ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਅਤੇ ਭੌਰਾ ਸਾਹਿਬ ਤੁਹਾਡਾ ਜੋ ਕਾਫੀ ਵਿਚਰਨ ਦਾ ਮੌਕਾ ਮਿਲਿਆ ਤੁਹਾਨੂੰ ਸੁਰਿੰਦਰ ਕੌਰ ਜੀ ਨਾਲ ਵੀ, ਅਤੇ ਜਦੋਂ 89 ਦੇ ਵਿੱਚ ਲਾਸਟ ਗੀਤ ਕਿਹੜੇ ਕਦੋਂ ਗਾਏ, ਫਿਰ ਕਿਹੜੇ ਸੰਨ ਦੇ ਵਿੱਚ ਇਹਨਾਂ ਦੇ ਆਏ ਅਤੇ ਕਿਹੜੇ ਗੀਤ ਸੀਗੇ ਜੀ ਉਹ? ਦੇਖੋ ਮੇਰੇ ਖਿਆਲ 'ਚ ਜਿਹੜਾ 90 ਤੋਂ ਬਾਅਦ ਗਾਇਕੀ ਦਾ ਟ੍ਰੈਂਡ ਬਦਲਣਾ ਸ਼ੁਰੂ ਹੋ ਗਿਆ ਜੀ। ਇੱਕ ਹੈਗਾ ਅਖਾੜਿਆਂ ਦੀ ਨੇਚਰ ਬਦਲਣੀ ਸ਼ੁਰੂ ਹੋ ਗਈ ਜੀ। ਇੱਕ ਹੈਗਾ ਕਿ ਬੀਟ ਸੌਂਗ ਜਿਹੜੇ ਨੱਚਣ ਟੱਪਣ ਵਾਲੇ ਆ ਗਏ, ਤੇ ਇੱਕ ਇਹ ਸੀਗਾ ਵੀ ਨਵੀਆਂ ਕੁੜੀਆਂ ਵੀ ਗਾਉਣ 'ਚ ਆ ਗਈਆਂ ਜੀ, ਠੀਕ ਹੈ। ਉਹਦੇ ਨਾਲ ਕੀ ਹੋਇਆ ਕਿ ਸੁਰਿੰਦਰ ਕੌਰ ਕਹਿੰਦੇ ਨੇ ਕਿ ਸਿਆਣੇ ਬੰਦੇ ਨਾ ਚੁੱਪ ਰਹਿਣ 'ਚ ਤੇ ਮੁੱਠੀਆਂ ਘੁੱਟਣ 'ਚ ਜ਼ਿਆਦਾ ਵਧੀਆ ਸਮਝਦੇ ਹੁੰਦੇ ਆ। ਸੋ ਇਸ ਕਰਕੇ ਸੁਰਿੰਦਰ ਕੌਰ ਨੇ ਇਹ ਸਮਝਿਆ ਵੀ ਹੁਣ ਚੁੱਪ ਰਹਿਣਾ ਵਧੀਆ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜੀ, ਬੜੀ ਪਤੇ ਦੀ ਆ, ਜਿਹੜੀ ਉਹ ਕਹਿੰਦੀ ਹੁੰਦੀ ਸੀਗੀ ਸਚਿਨ ਤੇਂਦੁਲਕਰ ਨੇ, ਸੌਰਵ ਗਾਂਗੁਲੀ ਨੇ ਕਲਾਈਮੈਕਸ ਤੇ ਆ ਕੇ ਕ੍ਰਿਕਟ ਛੱਡਤੀ, ਹਾਂਜੀ, ਦਾਰਾ ਸਿੰਘ ਨੇ ਕਲਾਈਮੈਕਸ ਤੇ ਜਾ ਕੇ ਕੁਸ਼ਤੀ ਛੱਡਤੀ ਜਿੱਤ ਕੇ, ਹਾਂਜੀ,
ਉਹ ਕਹਿੰਦੀ ਗਾਉਣ ਵਾਲਿਆਂ ਨੂੰ ਸਮੇਂ ਸਿਰ ਛੱਡ ਦੇਣਾ ਚਾਹੀਦਾ, ਕਹਿੰਦੀ ਮੈਂ ਛੱਡ ਦਿੱਤਾ। ਸਹੀ ਗੱਲ, ਗਾਇਕ ਛੱਡਦੇ ਨਹੀਂ। ਇਹ ਉਹ ਕਹਿੰਦੀ ਹੁੰਦੀ ਸੀ ਗਾਇਕ ਨਾ ਚਿੰਬੜੇ ਰਹਿੰਦੇ ਆ, ਤੇ ਮਤਲਬ ਤੁਸੀਂ ਛੱਡ ਦੇਣਾ ਚਾਹੀਦਾ ਤੁਹਾਨੂੰ ਪਿੜ, ਤੇ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ। ਸੁਰਿੰਦਰ ਕੌਰ ਨੇ ਪਿੜ ਤਾਂ ਵੀ ਖਾਲੀ ਕਰ ਦਿੱਤਾ ਸੀਗਾ ਵੀ ਹੁਣ ਤੁਸੀਂ ਆ ਜਾਓ ਜੀ। ਤੇ ਕੋਈ ਆਈਡੀਆ ਹੈ ਜੀ ਕਿਹੜੇ ਗੀਤ ਸੀਗੇ ਲਾਸਟ ਰਿਕਾਰਡ ਹੋਏ ਇਹਨਾਂ ਦੇ ਕੁਛ? ਨਹੀਂ ਮੇਰੇ ਕੋਲ ਜੀ, ਇੱਕਦਮ ਤੇ ਅੱਜ ਮੈਨੂੰ ਮੇਰਾ ਕਿੰਨਾ ਕੁਛ ਕਲਾਰਾ ਪਿਆ ਹੋਇਆ ਮੇਰੇ ਦਿਮਾਗ 'ਚ ਨਾ। ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ, ਪਰ ਬਹੁਤ ਵਧੀਆ ਲੱਗਿਆ ਜੀ ਯਾਦ ਕਰਕੇ। ਤੇ ਨਾਲ ਮੈਂ ਜਦੋਂ ਤੁਹਾਡੀਆਂ ਹੁਣ ਕੈਸਟਾਂ ਦਾ ਪਿੱਛੇ ਜੇ ਫੇਸਬੁੱਕ 'ਤੇ ਪਾਏ ਸੀ ਤੁਸੀਂ, ਇੱਕ ਤਾਂ ਡੂਢ ਕਿੱਲਾ ਦਾ ਇੱਕ ਗੱਲ ਬਣੀ ਕਿ ਨਹੀਂ ਬਣੀ, ਤਾਂ ਸਾਨੂੰ ਐਲੇ ਤੋਂ ਉਦੋਂ ਫੋਨ ਆਇਆ ਸੀ ਵੀ ਭਾਰਾ ਸਾਹਿਬ ਦੀਆਂ ਕੈਸਟਾਂ ਕਿੱਥੋਂ ਮੈਂ ਸੋਰੀ ਕਿਤਾਬਾਂ ਜੀ ਕਿੱਥੋਂ ਮਿਲ ਸਕਦੀਆਂ ਉਹ? ਦੇਖੋ ਗੱਲ ਇਹ ਆ ਕਿ ਹੁਣ ਇੱਕ ਨਾ ਹੋਰ ਉਹਨਾਂ ਦੀ ਵੀ ਮੈਂ ਗੱਲ ਦੱਸ ਦਿੰਦਾ, ਇੱਕ ਮੇਰੀਆਂ ਦੋ ਕਿਤਾਬਾਂ ਮੈਂ ਨਾ ਸਾਡੇ ਮਤਲਬ ਸੰਗੀਤ ਦੇ ਖੇਤਰ 'ਚ ਹੋਣੀ ਜਿਹੜੀ ਆ ਨਾ ਉਹ ਸਾਰਾ ਕੁਛ ਟੱਪ ਕੇ ਆ ਰਹੀ ਆ। ਹਾਂਜੀ, ਸਾਰਿਆਂ ਤੋਂ ਵੱਡੀ ਦੁਖਾਂਤ ਹੈ ਦਿਲ ਜਾਨ ਦਾ ਚਲੇ ਜਾਣਾ। ਬਹੁਤ ਅੱਛਾ, ਮਤਲਬ ਸਾਡਾ ਬਹੁਤ ਅੱਛਾ ਮੁੰਡਾ ਚਲੇ ਗਿਆ, ਬਹੁਤ ਘਾਟਾ ਪਿਆ। ਮੈਂ ਪਿਆਰੇ ਲਾਲ, ਚਾਹੇ ਉਹ ਪਿਆਰੇ ਲਾਲ ਸੀਗਾ, ਚਾਹੇ ਜੋਗਾ ਸਿੰਘ ਜੋਗੀ ਕਵੀਸ਼ਰ ਸੀ, ਸਰਦੂਲ ਸਿਕੰਦਰ ਸੀ, ਨੂਰਲਾ ਸਾਹਿਬ ਸੀ, ਪੰਡਿਤ ਜਸਰਾਜ ਸੀ, ਗਿਰਜਾ ਦੇਵੀ ਸੀ, ਦਿਲ ਜਾਣ ਤੱਕ ਜਿੰਨੇ ਸਾਰੇ ਗਏ ਨੇ ਉਹਨਾਂ ਦੇ ਬਾਰੇ 'ਚ ਜਿਹੜੇ ਮੈਂ ਲੇਖ ਉਹਨਾਂ ਦੇ ਜਾਣ ਤੋਂ ਬਾਅਦ ਲਿਖੇ ਆ ਜਿਹੜੇ ਬੜੇ ਯਾਦਗਾਰੀ ਆ, ਉਹਨਾਂ ਨੂੰ ਮੈਂ ਕੰਪਾਈਲ ਕਰਤਾ। ਕਿਤਾਬ ਇੱਕ ਹੈਗੀ ਆ, ਹੁਣੇ ਅਸੀਂ 16 ਜੁਲਾਈ ਨੂੰ ਰਿਲੀਜ਼ ਕਰ ਰਹੇ ਹਾਂ, ਗਾਇਕੀ ਗਗਨ ਦੇ ਉਦਾਸ ਨਗਮੇ। ਇੱਕ ਕਿਤਾਬ ਜਿਹੜੀ ਆ ਬਾਕਤ ਦੇ ਨਾਲ ਨਾਲ ਹੈਗੀ ਜੀ, ਉਹ ਜਿੱਦਾਂ ਕੋਰੋਨਾ ਵਾਇਰਸ ਦੇ ਠੀਕ ਮਤਲਬ ਕੋਈ ਕਿਸੇ ਵੀ ਮਤਲਬ ਵੱਡੀ ਬਿਮਾਰੀ 'ਤੇ, ਚਾਹੇ ਉਹ ਏਡਸ ਸੀ ਚਾਹੇ ਕੋਈ ਹੋਰ ਸੀ, 5-5 ਸਾਲ ਤੋਂ ਪਹਿਲਾਂ ਏਡਸ 'ਤੇ ਤਾਂ ਹੁਣ UNO ਨੇ ਕਿਹਾ ਕਿ ਇਸ ਸਾਲ 'ਚ ਏਡ ਦਾ ਖਾਤਮਾ ਕਰਨਾ ਮੁਕੰਮਲ ਇਲਾਜ ਦਾ, ਤੇ ਕੋਰੋਨਾ ਵਾਇਰਸ ਦਾ ਟੀਕਾ ਇੰਨੀ ਜਲਦੀ ਕਿਉਂ ਆਇਆ, ਕੋਰੋਨਾ ਵਾਇਰਸ ਚਮਗਿੱਦੜਾਂ ਦੀ, ਕੋਰੋਨਾ ਵਾਇਰਸ ਕੀ ਆ, ਕਾਫੀ ਲੇਖ ਤੁਹਾਡੇ ਆਏ, ਬਹੁਤ ਲੇਖ ਆਏ। ਅਫਗਾਨਿਸਤਾਨ ਨਾਲ ਜਿਹੜਾ ਦੋਹਾ ਸਮਝੌਤਾ ਕੀ ਆ ਅਮਰੀਕੀ ਫੌਜਾਂ ਦਾ, ਇਹ ਸਾਰੇ ਲੇਖਾਂ ਨੂੰ ਇੱਕ ਮੈਂ ਬਹੁਤ ਵੱਡੀ ਕਿਤਾਬ ਆ 300 ਪੇਜ ਦੀ, ਜਿਹਦੇ 'ਚ ਜਿਹੜੀ ਮੈਡੋਨਾ ਤੱਕ ਵੀ ਲੇਖ ਹੈ, ਠੀਕ ਹੈ ਸਿੰਗਰ, ਉਹ ਇੱਕ ਕਿਤਾਬ ਹੁਣ ਰਿਲੀਜ਼ ਕਰਨੇ ਆ। ਔਰ ਇਹ ਚਾਰੇ ਕਿਤਾਬਾਂ ਐਮਾਜ਼ੋਨ ਤੋਂ ਵੀ ਮਿਲ ਜਾਂਦੀਆਂ, ਸੌਖਾ ਹੀ ਤਰੀਕਾ ਆ। ਹਾਂ, ਐਮਾਜ਼ੋਨ ਨਾਲ ਬੈਸਟ ਤਰੀਕਾ ਹੈਗਾ ਜੀ, ਉਦਾਂ ਇੱਥੇ ਵੈਸੇ ਤਾਂ ਨਹੀਂ ਮੇਰੇ ਖਿਆਲ ਮੇਰੇ ਕੋਲ 10-20 ਕਿਤਾਬਾਂ ਹੈਗੀਆਂ ਨੇ, ਜੇ ਕੋਈ ਹੋਵੇ ਤਾਂ ਮੇਰਾ ਨੰਬਰ ਦੇ ਦਿਓ, ਮੈਂ ਭੇਜ ਦੂੰਗਾ। ਕੋਈ ਨਹੀਂ, ਚਲੋ ਠੀਕ ਹੈ ਜੀ, ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਸੋ ਜਦੋਂ ਤੁਹਾਡੀ ਰਿਲੀਜ਼ ਹੁੰਦੀ ਜੀ ਕਿਤਾਬ ਇਹ ਜਿਹੜੀਆਂ ਦੋਨੋਂ ਆ ਰਹੀਆਂ, ਤਾਂ ਜ਼ਰੂਰ ਉਦੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਤੇ ਫਿਲਹਾਲ ਅੱਜ ਬਹੁਤ ਵਧੀਆ ਗੱਲਬਾਤ ਕਰਨ ਵਾਸਤੇ ਸੁਰਿੰਦਰ ਕੌਰ ਜੀ ਬਾਰੇ ਤੁਹਾਡਾ ਬਹੁਤ ਧੰਨਵਾਦ, ਅਤੇ ਉਮੀਦ ਕਰਦੇ ਹਾਂ ਜ਼ਰੂਰ ਗਾਹੇ ਵਗਾਹੇ ਦਰਸ਼ਨ ਦਿੰਦੇ ਰਿਹਾ ਕਰੋਗੇ। ਕੋਈ ਨਹੀਂ, ਸੁਰਿੰਦਰ ਕੌਰ ਦੀ ਗੱਲ ਕਰਕੇ ਅਸਲ 'ਚ ਸੰਗੀਤ ਦੀ ਇੱਕ ਗੱਲ ਕਰਨ 'ਚ ਮੈਨੂੰ ਵੀ ਬੜਾ ਚੰਗਾ ਲੱਗਦਾ, ਅਤੇ ਤੁਹਾਡਾ ਵੀ ਧੰਨਵਾਦ, ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਕਿੰਨੇ ਚਿਰ ਬਾਅਦ ਮੇਲ ਮਿਲਾਪ ਲਈ ਵੀ ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਐਸ ਅਸ਼ੋਕ ਭੌਰਾ ਜੀ ਨਾਲ ਗੱਲ ਚੱਲ ਰਹੀ ਸੀ ਸੁਰਿੰਦਰ ਕੌਰ ਜੀ ਬਾਰੇ, ਅਤੇ ਹੁਣ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਾਂਗੇ ਨਾਲ ਨਾਲ, ਫਿਰ ਲਗਾਤਾਰ ਕਾਲਾਂ ਜਿਹੜੀਆਂ 8:30 ਪੈਸੀਫਿਕ ਟਾਈਮ ਤੱਕ ਲਵਾਂਗੇ, ਅਤੇ ਵਿੱਚ ਵਿੱਚ ਕੋਸ਼ਿਸ਼ ਕਰਾਂਗੇ ਕੋਈ ਇੱਕ ਅੱਧਾ ਗੀਤ ਵੀ ਸੁਰਿੰਦਰ ਕੌਰ ਜੀ ਦਾ ਤੁਹਾਡੇ ਨਾਲ ਸਾਂਝਾ ਕਰੀਏ, ਪਰ ਫਿਲਹਾਲ ਤਾਂ ਬ੍ਰੇਕ ਸਾਂਝੀ ਕਰ ਰਹੇ ਹਾਂ ਜੀ, ਇਹੀ ਕਬੂਲ ਕਰੋ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਫਟਾਫਟ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ, ਅਤੇ ਨਾਲ ਦੀ ਨਾਲ ਤੁਹਾਡੇ ਜੋ ਵੀ ਵਿਚਾਰ ਨੇ ਪੇਸ਼ ਕਰ ਸਕਦੇ ਹੋ ਅੱਜ ਦੇ ਦਿਨ। ਮੈਂ ਬੇਸ਼ੱਕ ਸੁਰਿੰਦਰ ਕੌਰ ਜੀ ਦੀ ਗੱਲ ਕਰ ਰਿਹਾ, ਤੁਸੀਂ ਕੋਈ ਵੀ ਗੱਲ ਕਰ ਸਕਦੇ, ਕੋਈ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਦਿਲ ਦੇ ਵਿੱਚ ਵਲਵਲੇ ਨੇ, ਕੋਈ ਸੁਣਨਾ ਸੁਣਾਉਣਾ, ਕੁਛ ਵੀ ਆਪਾਂ ਕਰ ਸਕਦੇ ਹੁੰਦੇ ਹਾਂ, ਕੋਈ ਵਿਸ਼ਾ ਵਸਤੂ ਖਾਸ ਨਹੀਂ ਹੁੰਦੀ, ਅਤੇ ਉਹ ਕਰਨ ਵਾਲੇ ਪਾਸੇ ਆਪਾਂ ਚੱਲਦੇ ਹਾਂ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ, ਆਪਣਾ ਸਰਦਾਰ ਗੁਰਦੀਪ ਸਿੰਘ ਜੀ ਸੰਦਰ ਸਾਹਿਬ। ਹਾਂਜੀ ਜਗੀ ਸਾਹਿਬ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਸੋਮਵਾਰ ਆ, ਅੱਜ ਮੈਂ ਥੋੜ੍ਹੀ ਕਵਿਤਾ ਆਪਣੀ। ਵਾਹ ਜੀ ਵਾਹ, ਜ਼ਰੂਰ, ਬਹੁਤ ਵਧੀਆ ਕਵਿਤਾ ਹੁੰਦੀ ਜੀ ਤੁਹਾਡੀ ਵੀ, ਹੈ ਇੱਕ ਪਰਿਵਾਰਿਕ ਅਤੇ ਸੇਧ ਦੇਣ ਲਈ ਹੁੰਦੀਆਂ। ਅੱਛਾ ਜੀ, ਜ਼ਿੰਦਗੀ ਕਵਿਤਾ ਦਾ ਨਾਂ ਹੈ ਜ਼ਿੰਦਗੀ। ਜ਼ਿੰਦਗੀ, ਵਾਹ ਜੀ ਵਾਹ। ਜਦੋਂ ਅੰਦਰੋਂ ਦਿਲ ਦੁਖਦਾ ਹੋਵੇ, ਉਦੋਂ ਜ਼ੁਬਾਨ ਚੋਂ ਕੁਛ ਨਹੀਂ ਨਿਕਲਦਾ, ਅੱਖਾਂ ਹੀ ਸਹਾਰਾ ਹੁੰਦੀਆਂ ਨੇ, ਤਾਂ ਹੀ ਤਾਂ ਪਰਸਣ ਲੱਗ ਜਾਂਦੀਆਂ ਨੇ ਜੀ। ਇਹ ਜ਼ਰੂਰੀ ਨਹੀਂ ਕਿ ਟੁੱਟ ਜਾਣ ਤੋਂ ਬਾਅਦ ਜ਼ਿੰਦਗੀ ਖਤਮ ਹੀ ਹੁੰਦੀ ਹੈ ਜੀ, ਕਈ ਵਾਰ ਟੁੱਟ ਜਾਣ ਤੋਂ ਬਾਅਦ ਜ਼ਿੰਦਗੀ ਦੀ ਸ਼ੁਰੂਆਤ ਵੀ ਹੁੰਦੀ ਹੈ। ਸ਼ੁਰੂਆਤ ਹੁੰਦੀ, ਵਾਹ ਜੀ ਵਾਹ। ਕਈ ਵਾਰ ਜ਼ਿੰਦਗੀ ਮਹੀਨੇ ਸਾਲਾਂ 'ਚ ਨਹੀਂ ਪਲਾਂ 'ਚ ਬਦਲ ਜਾਂਦੀ ਹੈ ਜੀ, ਬਿਲਕੁਲ। ਉਂਗਲੀ ਮਾਲ ਵਰਗੇ ਡਾਕੂ ਪਲਾਂ ਵਿੱਚ ਮਹਾਰਿਸ਼ੀ ਵਾਲਮੀਕੀ ਬਣ ਜਾਂਦੇ ਨੇ, ਸਿਧਾਰਥ ਵਰਗੇ ਜਦੋਂ ਪੱਤੇ ਨੂੰ ਟਹਿਣੀ ਨਾਲੋਂ ਟੁੱਟਦਾ ਵੇਖਦੇ ਨੇ ਤਾਂ ਮਹਾਤਮਾ ਬੁੱਧ ਬਣ ਜਾਂਦੇ। ਵਾਹ ਜੀ ਵਾਹ, ਵਾਹ ਜੀ ਵਾਹ।
ਡਿਸਿਪਲਿਨ ਦਾ ਗੌਡ ਅਖਵਾਉਣ ਵਾਲੇ ਤੁਲਸੀ ਦਾਸ ਬਣ ਜਾਂਦੇ ਨੇ। ਇੱਕ ਜੋ ਮੂਰਖ ਅਖਵਾਉਂਦਾ ਸੀ ਉਹ ਮਹਾਕਵੀ ਕਾਲੀ ਦਾਸ ਬਣ ਜਾਂਦੇ ਨੇ। ਮਾਧੋ ਦਾਸ ਵਰਗੇ ਬੰਦਾ ਬਹਾਦਰ ਬਣ ਜਾਂਦੇ ਨੇ। ਜਦੋਂ ਇੱਕ ਬੱਚਾ ਜਲਿਆਂ ਵਾਲੇ ਬਾਗ ਵਿੱਚ ਨਿਹੱਥਿਆਂ ਉੱਤੇ ਗੋਲੀ ਵਰਾਉਣ ਵਾਲੇ ਡਾਇਰ ਨੂੰ ਮਾਰ ਕੇ ਸ਼ਹੀਦ ਊਧਮ ਸਿੰਘ ਬਣ ਜਾਂਦਾ ਏ। ਹੱਸਦੇ ਹੱਸਦੇ ਫਾਂਸੀ ਦੇ ਰਸਤੇ ਨੂੰ ਚੁੰਮ ਕੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਅਖਵਾਉਂਦੇ ਨੇ। ਬਦਲਦੀ ਹੈ ਜ਼ਿੰਦਗੀ ਜਦੋਂ ਗਿੱਦੜਾਂ ਤੋਂ ਸ਼ੇਰ ਬਣ ਜਾਂਦੇ ਨੇ ਤੇ ਇੱਕ ਨਵੀਂ ਕੌਮ ਸਿੰਘ ਬਣ ਜਾਂਦੇ ਨੇ। ਵਾਹ ਜੀ। ਬਦਲਦੀ ਹੈ ਜ਼ਿੰਦਗੀ ਜਦੋਂ ਬੇਟੀ ਬਹੂ ਬਣਦੀ ਏ। ਜੀ। ਬਦਲਦੀ ਹੈ ਜ਼ਿੰਦਗੀ ਜਦੋਂ ਬਹੂ ਮਾਂ ਬਣਦੀ ਏ। ਭਾਨੇ ਵਾਲਿਆ ਗੁਰਦੀਪ ਸਿੰਘ ਸੰਦਰਾ, ਖੁਸ਼ਕਿਸਮਤ ਲੋਕ ਉਹ ਨਹੀਂ ਹੁੰਦੇ ਜਿਨ੍ਹਾਂ ਨੂੰ ਸਭ ਕੁਛ ਅੱਛਾ ਮਿਲਦਾ ਹੈ, ਬਲਕਿ ਉਹ ਹੁੰਦੇ ਨੇ ਜੋ ਆਪਣੇ ਬੁਰੇ ਵਕਤ ਨੂੰ ਵੀ ਅੱਛਾ ਬਣਾ ਲੈਂਦੇ ਨੇ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਇਤਿਹਾਸ ਬਣਾਏ ਨੇ। ਪੰਜਾਬ ਦੀ ਕੋਇਲ ਨੂੰ ਕੌਣ ਨਹੀਂ ਜਾਣਦਾ ਜਿਨ੍ਹਾਂ ਦੇ ਗਾਏ ਗੀਤ ਲੋਕ ਗੀਤ ਬਣ ਗਏ ਨੇ। ਕਿਸਬ ਕੋਈ ਵੀ ਸਿੱਖਿਆ ਹੋਵੇ ਜੱਗੀ ਸਾਹਿਬ, ਕਿਸਬ ਕੋਈ ਵੀ ਸਿੱਖਿਆ ਹੋਵੇ ਕੰਮ ਜ਼ਰੂਰ ਆਉਂਦਾ ਹੈ। ਜਲਵੇ ਜੱਗੀ ਦੇ ਹਿੰਦੁਸਤਾਨ ਵਿੱਚ ਵੀ ਚੱਲਦੇ ਸੀ, ਇਸ ਅਮਰੀਕਾ ਦੀ ਧਰਤੀ ਤੇ ਵੀ ਬੁਲੰਦ ਨੇ, ਤੇ ਵੀ ਬੁਲੰਦ ਨੇ। ਬਹੁਤ ਮਿਹਰਬਾਨੀ ਸੰਦਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ ਮੇਰੇ ਖਿਆਲ। ਹਰਜੀਤ ਕਿਲ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਹਾਂਜੀ, ਹਰਜੀਤ ਸਾਹਿਬ ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਚੜ੍ਹਦੀ ਕਲਾ। ਵਾਹ ਜੀ ਵਾਹ, ਕੀ ਲੈ ਕੇ ਆਏ ਸਾਡੇ ਦਰਸ਼ਕਾਂ ਦੀ ਅੱਜ ਖਾਸ? ਅੱਜ ਮੈਂ ਗੁਰੂ ਅਰਜਨ ਦੇਵ ਦੀ ਸ਼ਹੀਦੀ ਬਾਰੇ ਟੇਸਟ ਕਢਾਈ ਸੀ, ਅਤੇ ਕੌਮ ਸ਼ਹੀਦਾਂ ਦੀ ਜਲੰਧਰ। ਅੱਛਾ ਜੀ। ਤੇ 95 ਚ ਉਹਦੇ ਚੋਂ ਮੈਂ ਇੱਕ ਕਵਿਤਾ ਸੁਣਾਉਣਾ ਤੁਹਾਨੂੰ। ਜੀ। ਬੀਬੀ ਭਾਨੀ ਜੀ ਦੇ ਲਾਲ, ਦੇਖੋ ਕਰ ਗਏ ਕਮਾਲ, ਕਿਵੇਂ ਪਾਉਣੀ ਏ ਸ਼ਹੀਦੀ, ਦੇ ਗਏ ਜੱਗ ਨੂੰ ਮਿਸਾਲ। ਬੀਬੀ ਭਾਨੀ ਜੀ ਦੇ ਲਾਲ, ਦੇਖੋ ਕਰ ਗਏ ਕਮਾਲ, ਤੱਤੀ ਤਲੀ ਤੇ ਬੈਠਾ ਰੂਪ ਭਗਵਾਨ ਦਾ, ਚੱਲੀ ਜਾਵੇ ਤਾਨੀ ਉੱਤੇ ਦੁੱਖ ਉਹ ਜਹਾਨ ਦਾ, ਕਿਵੇਂ ਚੱਲਦੇ ਤਸੀਹੇ ਚਿੱਤ ਬਾਹੇ ਗੁਰੂ ਨਾਲ। ਬੀਬੀ ਭਾਨੀ ਜੀ ਦੇ ਲਾਲ, ਦੇਖੋ ਕਰ ਗਏ ਕਮਾਲ, ਬੇਈਮਾਨ ਕਿੱਦਾਂ ਜੁਰ ਮੁੱਕ ਮਾਰਿਆ, ਪੰਜਵੇਂ ਗੁਰਾਂ ਤੇ ਕਿੱਦਾਂ ਕਹਿਰ ਢਾ ਗਿਆ, ਰਾਹ ਸ਼ਹਾਦਤਾਂ ਦਾ ਸਾਨੂੰ ਗੁਰੂ ਗਏ ਨੇ ਦਿਖਾਲ, ਰਾਹ ਸ਼ਹਾਦਤਾਂ ਦਾ ਸਾਨੂੰ ਗੁਰੂ ਗਏ ਨੇ ਦਿਖਾਲ। ਬੀਬੀ ਭਾਨੀ ਜੀ ਦੇ ਲਾਲ, ਦੇਖੋ ਕਰ ਗਏ ਕਮਾਲ, ਤੱਤੀ ਰੇ ਤਜਲੋ ਪਾਪੀ ਸੀਸ ਤੇ ਪਾਉਂਦੇ ਸੀ, ਤੇਰਾ ਕੀਆ ਮਿੱਠਾ ਲਾਗੇ ਗੁਰੂ ਗਾਉਂਦੇ ਸੀ, ਇੱਕ ਹੇਠਾਂ ਅੱਗ ਬਾਲੀ ਤੱਤੀ ਤਵੀ ਹੋਈ ਲਾਲ। ਬੀਬੀ ਭਾਨੀ ਜੀ ਦੇ ਲਾਲ, ਦੇਖੋ ਕਰ ਗਏ ਕਮਾਲ, ਸਰੀਰ ਤੇ ਸੀ ਛੱਲੇ ਗੁਰਾਂ ਸੀਨਾ ਚਾਰੀ, ਪਤਾ ਲੱਗਾ ਮੀਆਂ ਮੀਰ ਉਸ ਉੱਚੀ ਤਾ ਮਾਰੀ, ਪਤਾ ਲੱਗਾ ਮੀਆਂ ਮੀਰ ਉਸ ਉੱਚੀ ਤਾ ਮਾਰੀ, ਜਮਸ਼ੇਰ ਵਾਲੇ ਕੁਰਬਾਨੀ ਗੁਰਾਂ ਦੀ ਬੇਮਿਸਾਲ, ਜਮਸ਼ੇਰ ਵਾਲੇ ਕੁਰਬਾਨੀ ਗੁਰਾਂ ਦੀ ਬੇਮਿਸਾਲ। ਬੀਬੀ ਭਾਨੀ ਜੀ ਦੇ ਲਾਲ, ਦੇਖੋ ਕਰ ਗਏ ਕਮਾਲ, ਬੀਬੀ ਭਾਨੀ ਜੀ ਦੇ ਲਾਲ, ਦੇਖੋ ਕਰ ਗਏ ਕਮਾਲ। ਵਾਹ ਜੀ ਵਾਹ, ਵਾਹ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਰਦਾਰ ਸੁਰਿੰਦਰ ਸਿੰਘ ਜੀ। ਸਰਦਾਰ ਜਗਤਾਰ ਸਿੰਘ ਜੱਗੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਅਤੇ ਕੀ ਵਿਚਾਰ ਅੱਜ ਸਾਂਝੇ ਕਰਨਾ ਚਾਹੁੰਦੇ? ਵਿਚਾਰ ਅੱਜ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਜੀ, ਅਤੇ ਬਾਕੀ ਸੁਰਿੰਦਰ ਕੌਰ ਵੀ ਇੱਕ ਵਾਰੀ ਮਿਲੇ ਸੀ ਕਨੇਡਾ ਜੀ, ਮੇਰੇ ਖਿਆਲ ਮਰਨ ਤੋਂ ਇੱਕ ਦੋ ਸਾਲ ਪਹਿਲਾਂ। ਅੱਛਾ ਜੀ, 2006 ਡੈਥ ਹੋਈ ਉਹਨਾਂ ਦੀ। ਹਾਂ ਜੀ, ਅਸੀਂ ਵਿਆਹ ਗਏ ਸਾਡੇ ਭਾਣਜੇ ਦਾ, ਉੱਥੇ ਪੁਰੇ ਵਾਲਾਂ ਦੇ ਫਾਰਮ 'ਤੇ ਵੀ ਆਏ ਸੀਗੇ, ਉੱਥੇ ਮਿਲੇ ਸੀਗੇ ਜੀ। ਜੀ ਜੀ,
ਬਹੁਤ ਮਿੱਠੇ ਸੁਭਾਅ ਦੇ ਸੀ, ਬੜੇ ਮਤਲਬ ਧੀਰਜ ਵਾਲੇ ਸੀਗੇ, ਬੜੇ ਹਸਮੁੱਖ ਸੀਗੇ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ, ਬਹੁਤ ਵਧੀਆ ਗਾਣੇ, ਜਿੰਨੇ ਵੀ ਗਾਣੇ ਗਾਏ ਆ ਮਤਲਬ ਥੰਮ ਬਣ ਗਏ, ਜਾਂ ਤੇ ਦੁਨੀਆਂ ਰਹੂਗੀ ਉੱਤੇ ਉਹ ਗਾਣੇ ਇੱਦਾਂ ਕਾਇਮ ਰਹੂਗੇ ਜੀ। ਜੀ ਬਿਲਕੁਲ ਬਿਲਕੁਲ। ਤੇ ਦੂਜਾ ਫਿਰ ਜਿਹੜੀ ਗੁਰੂ ਅਰਜਨ ਦੇਵ ਸ਼ਹੀਦੀ ਆ, ਉਦੋਂ ਵੀ ਪਰੇ ਆ ਜੀ, ਉਹਨਾਂ ਦਾ ਤਾਂ ਕੋਈ ਸਿਰਾ ਹੀ ਨਹੀਂ ਵੀ ਜਿੱਦਾਂ ਧਰਤੀ ਤਵੀ ਤੇ ਬੈਠੇ ਵੀ ਕਿਸੇ ਨੂੰ ਕੋਈ ਮੰਦਾ ਬੋਲ ਨਹੀਂ, ਕਿਸੇ ਨੂੰ ਇਹੀ ਕਿਹਾ ਵੀ ਤੇਰਾ ਕੀ ਆ ਮਿੱਠਾ ਲੱਗ ਗਏ, ਹਰ ਨਾਮ ਪਦਾਰਥ ਨਾਨਕ ਮੰਗ ਗਏ, ਕਿਸੇ ਨੂੰ ਮਾੜਾ ਨਹੀਂ ਚੰਗਾ ਨਹੀਂ। ਬਿਲਕੁਲ ਇਹੀ ਕਿਹਾ ਵੀ ਜੇ ਜਿਹੜੇ ਕਰਦੇ ਆ ਕੋਈ ਇਹਨਾਂ ਤੋਂ ਵੀ ਪਰਮਾਤਮਾ ਕਰਾਉਂਦਾ, ਇਹਨਾਂ ਦਾ ਵੀ ਭਲਾ ਹੋਵੇ ਜੀ। ਜੀ ਹਾਂਜੀ ਜੀ। ਤੇ ਕਹਿੰਦੇ ਅੱਜ ਕਿਹੀ ਦਿਹਾੜੀ ਆਈ ਏ, ਜ਼ੁਲਮਾਂ ਨੇ ਜਾਨ ਕਮਾਈ ਏ ਜੀ, ਜ਼ਾਲਮ ਨੇ ਤੱਤੀ ਤਪਾਈਏ, ਤੱਤੀ ਤਵੀ ਤਪਾਈਏ, ਅੱਜ ਕਿਹੀ ਦਿਹਾੜੀ ਆਈਏ, ਆ ਦੇਵ ਵਾਲੇ ਖਾਂਦੀ ਏ, ਪ੍ਰੀਤਮ ਨੂੰ ਕਾੜੀ ਜਾਂਦੀ ਏ, ਚੰਦੂ ਦਾ ਸੀਨਾ ਠਾਰ ਰਹੀ, ਅਰਜਨ ਨੂੰ ਅਣਖ ਵਿਗਾੜ ਰਹੀ, ਜਦ ਛਾਲਿਆਂ ਸ਼ੈਬਰ ਲਾਈਏ, ਅੱਜ ਕਿਹੀ ਦਿਹਾੜੀ ਆਈਏ, ਤੱਕ ਮੀਆਂ ਮੀਰ ਨੇ ਅਰਜ ਕਰੀ, ਮੈਨੂੰ ਹੁਕਮ ਪਾਸ਼ਾ ਦਿਓ ਜਰੀ, ਦਿੱਲੀ ਦਾ ਤਖ਼ਤ ਹਿਲਾ ਦੇ ਮਾਂ, ਇੱਟ ਇੱਟ ਕਰਕੇ ਦਿਖਲਾ ਦੇ ਮਾਂ, ਕਰ ਦੇਵਾਂ ਹੁਣੇ ਚੜ੍ਹਾਈਏ, ਅੱਜ ਕਿਹੀ ਦਿਹਾੜੀ ਆਈਏ, ਉਹ ਆਉਂਦੀ ਇੱਕ ਮਟੇਰੀ ਪਈ, ਤੇ ਰੋਂਦੀ ਯਾਰੋ ਯਾਰ ਪਈ, ਕਹਿੰਦੀ ਕੀ ਵਰਤਿਆ ਭਾਣਾ ਏ, ਮੈਂ ਨਾਲੇ ਹੀ ਸੜ ਜਾਣਾ ਏ, ਚੋਰੀ ਦਾ ਕੌਲ ਲਿਆਈਏ, ਅੱਜ ਕਿਹੀ ਦਿਹਾੜੀ ਆਈਏ, ਕਿਉਂ ਫੜੀ ਉਦਾਸੀ ਬਚੀਏ ਨੀ, ਜੇ ਦੇਸ਼ ਕੌਮ ਤੋਂ ਮਚੀਏ ਨੀ, ਕਿਉਂ ਫੜੀ ਉਦਾਸੀ ਬਚੀਏ ਨੀ, ਜੇ ਦੇਸ਼ ਕੌਮ ਤੋਂ ਮਚੀਏ ਨੀ, ਮੈਂ ਅਮਰ ਸ਼ਹੀਦ ਕਹਾਵਾਂਗਾ, ਬੰਧਨ ਸਭ ਤੋੜ ਵਿਖਾਵਾਂਗਾ, ਇਹ ਪ੍ਰੀਤਮ ਆਖ ਸੁਣਾਈ ਅੱਜ ਕਿਹੀ ਦਿਹਾੜੀ ਆਈਏ, ਜ਼ੁਲਮਾਂ ਨੇ ਜਾਨ ਕੁੰਬਾਈ, ਅੱਜ ਕਿਹੀ ਦਿਹਾੜੀ ਆਈ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਮਨਜੀਤ ਸਿੰਘ ਜੀ। ਪਹਿਲੀਆਂ ਤਾਂ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਦਿਹਾੜਾ ਲੰਘ ਕੇ ਗਿਆ, ਓਟੀ ਕੋਲ ਪ੍ਰਮਾਣ ਜੀ, ਬਿਲਕੁਲ ਸ਼ਹੀਦੀ ਨੂੰ ਕੋਈ ਨੀ ਪੁੱਛ ਸਕਦਾ, ਉਹ ਕੁਰਬਾਨੀਆਂ ਜਿਹੜੀਆਂ। ਹਾਂਜੀ, ਦੂਸਰੀ ਗੱਲ ਆ, ਅੱਜ ਇੰਡੀਆ ਦੇ ਹਿਸਾਬ ਨਾਲ ਤਾਂ ਹਾੜ ਦੀ ਸੰਗਰਾਂਦ ਵੀ ਆ ਗਈ ਹੈ। ਹਾਂਜੀ, ਹਾੜ, ਜੇਠ ਹਾੜ, ਹਾੜ ਦਾ ਮਹੀਨਾ, ਮਤਲਬ ਕਿ ਬੁਰਾ ਹਾਲ ਹੁੰਦਾ ਪੂਰਾ ਉੱਥੇ। ਹਾਂਜੀ, ਸਭ ਤੋਂ ਗਰਮ ਮਹੀਨਾ ਇਹ ਹੁੰਦਾ, ਇੱਥੇ ਵੀ ਅਮੈਰੀਕਾ 'ਚ ਵੀ ਹੁੰਦਾ, ਇੰਡੀਆ ਵੀ ਹੁੰਦਾ, ਸਾਰਿਆਂ ਨੂੰ ਗਰਮ ਮਹੀਨਾ ਹੁੰਦਾ ਇਹ। ਅੱਜ ਤੇ ਕੈਲੀਫੋਰਨੀਆ, ਕੱਲ ਤੋਂ 107-108-110 ਤੱਕ ਟੈਂਪਰੇਚਰ ਚੱਲ ਜਾਣਾ, ਦੋ ਤਿੰਨ ਦਿਨ, ਪੰਜ ਚਾਰ ਦਿਨ। ਹਾਂਜੀ ਹਾਂਜੀ ਹਾਂਜੀ, ਗਰਮੀ ਕਾਫੀ ਹੋ ਜਾਂਦੀ ਹੈ ਇਹਨਾਂ ਦਿਨਾਂ 'ਚ, ਸਾਡੇ ਵੀ ਪਹਿਲਾਂ 3-4 ਦਿਨ ਇੰਨੀ ਗਰਮੀ ਈਸਟ ਕੋਸਟ ਪਈ ਆ, ਤੇ ਉਹ ਪਹਿਲਾਂ ਦਾ ਜਿੱਦਾਂ ਬੰਦੇ ਹੈ ਨਾ ਯੂਸਟ ਹੋਏ ਕੰਮ ਕਰਨ, ਤੇ ਉਹ ਕਰੋਨਾ ਐਸਾ ਆਇਆ ਪਿਛਲੇ ਸਾਲ ਦਾ, ਐਤਕੀ ਬੰਦੇ ਸਾਰੇ ਭੱਜ ਗਏ ਕੰਮ ਤੋਂ ਬਾਹਰ ਬਾਹਰ ਵਾਲੇ। ਨਹੀਂ, ਹਜੇ ਮੇਰੇ ਖਿਆਲ ਪੈਸੇ ਪੂਸੇ ਹਜੇ ਮਿਲੀ ਜਾਂਦੇ, ਇਸ ਕਰਕੇ ਕੰਮ ਕੋਈ ਕਰਕੇ ਰਾਜੀ ਨਹੀਂ, ਰਾਜੀ ਵੀ ਨਹੀਂ ਹੈਗਾ ਨਾ, ਜਿੱਦਾਂ ਸਾਲ ਡੇਢ ਸਾਲ ਬੰਦਾ ਨਵੀਂ ਵਿਹਲਾ ਜਿਹਾ ਹੋ ਜਾਵੇ ਤੇ ਗਰਮੀ ਲੱਗਦੀ ਵੀ ਜ਼ਿਆਦਾ ਆ। ਇਹ ਤਾਂ ਜਿੱਦਾਂ ਨਾ ਆਪਾਂ ਯੂਸਟੂ ਹੋ ਜਾਂਦੇ ਹਾਂ, ਜਿੱਦਾਂ ਕੰਮ ਕਰਦੇ ਰਹਿੰਦੇ ਹਾਂ, ਗੱਲ ਹੋ ਰਿਹਾ ਅਤੇ ਉਹ ਤਾਂ ਮੈਂ ਉਹਨਾਂ ਨਾਲ ਕੰਮ ਕਰਤਾ ਸੀ, ਤਾਂ ਨਾਲ ਹੈਲਪ ਕਰਿਆ ਜੀ, ਬੜੀ ਗਰਮੀ ਲੱਗੀ, ਮੈਂ ਦੇਖਿਆ ਕਿ ਉਹ ਫਰਕ ਨਹੀਂ ਸੀਗਾ, ਪਿਛਲੇ ਸਾਲ ਤਾਂ ਬਿਲਕੁਲ ਨਹੀਂ ਕੰਮ ਬੰਦ ਰਿਹਾ, 14-15 ਦਿਨ ਕੰਮ ਬੰਦ ਰੱਖਿਆ। ਬਿਲਕੁਲ ਜੀ, ਤਾਂ ਹੁਣ ਟੋਟਲ ਖੁੱਲ੍ਹ ਗਏ, ਮਾਸਕ ਮੁਸਕ ਪਾਉਂਦੇ, ਸਭ ਕੁਛ ਪੂਰਾ ਖੁੱਲ੍ਹ ਗਿਆ, ਹੁਣ ਕੋਈ ਚੀਜ਼ ਬੰਦ ਆ, ਹੁਣ ਸਿਰਫ ਆਫਿਸ ਨਹੀਂ ਪੂਰਾ ਖੁੱਲ੍ਹ ਰਿਹਾ, ਇਹ ਨਹੀਂ ਸਮਝ ਆ ਰਹੇ ਜਦੋਂ ਹੁਣ ਕਰੋਨੇ ਦਾ ਕੋਈ ਨਾਂ ਹੀ ਨਹੀਂ, ਕੋਈ ਕੇਸ ਨਹੀਂ ਆ ਰਿਹਾ, ਤੇ ਹੁਣ ਆਫਿਸ ਨਹੀਂ ਹਲੇ, ਹੋਰ ਜਦ ਤੱਕ ਆਫਿਸ ਨਹੀਂ ਖੁੱਲ੍ਹਣੇ ਉਦੋਂ ਤੱਕ ਸਾਡੇ ਕੰਮ ਚੱਲਣੀ ਨੇ, ਪਰਮਿਟ ਮਿਲ ਰਿਹਾ, ਜੇ ਪਰਮਿਟ ਆਨਲਾਈਨ ਆ ਘਰਾਂ ਤੋਂ ਕੰਮ ਕਰਦੇ ਆ, ਬਹੁਤ ਡਿਲੇ ਕੰਮ ਚੱਲ ਡਿਲੇ ਹੁੰਦੇ ਕੰਮ, ਤੇ ਚਲੋ ਸਾਡੇ ਵੀ ਕੱਲ੍ਹ ਨੂੰ ਪਤਾ ਲੱਗਣਾ, 15 ਜੂਨ ਤੱਕ ਕਹਿੰਦੇ ਸੀ ਵੀ ਕੱਲ੍ਹ ਨੂੰ ਖੁੱਲ੍ਹ ਜਾਣਾ ਸਾਰਾ ਕੁਛ, ਕੈਲੀਫੋਰਨੀਆ ਵੀ ਦੇਖਦੇ ਹਾਂ, ਆਫਿਸ ਖੁੱਲ੍ਹ ਜਾਣਗੇ, ਫਿਰ ਵਧੀਆ ਕੰਮ। ਮਿਹਰਬਾਨੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਇੰਡੀਆ ਦੀ ਨਿਊਜ਼ ਇਹ ਆ, ਹਾਂਜੀ, ਇੰਡੀਆ ਦੇ ਹੁਣ ਕੇਸ ਘੱਟ ਗਏ, ਪਰ ਉੱਥੇ ਦਾ ਜਿਹੜਾ ਐਵਰੇਜ ਆ ਆਲਮੋਸਟ 18-20% ਜਿਹੜੀ ਡੈਥ ਦੀ ਆ ਰਹੀ ਆ, ਇਹ ਸਮਥਿੰਗ ਆਊਟ। ਹਾਂਜੀ, ਡੈਥ ਰੇਟ ਹੈਗਾ, ਅਤੇ ਦੂਸਰੇ ਜਾਂ ਤਾਂ ਜੇ ਅਗਰ ਟੈਸਟ ਕਰ ਰਹੇ ਨੇ ਅਤੇ ਫਿਰ ਕੇਸ ਘੱਟ ਆ ਰਹੇ ਨੇ, ਫਿਰ ਤਾਂ ਬਹੁਤ ਚੰਗੀ ਗੱਲ ਹੈ,
जे टेस्ट ही घटाते ने फिर बहुत माड़ी गल है। चलो बड़ी मेहरबानी तुहाडी मनजीत सिंह जी, मेहरबानी बहुत मेहरबानी। नाल नाल आपां हुण प्रोग्राम दा समां समाप्त करदे हां। किसी गलबात वास्ते मैनूं ईमेल कर सकते हो jaggi@jasbroadcasting.com या फिर info@jasbroadcasting.com। इस तों इलावा फेसबुक ट्विटर है ते या फिर मेरा सैल नंबर तुहाडे कोल 209-400-5383 किते भी संपर्क कर सकते हो। मैनूं आग्या दिओ, प्यार भरी सति श्री अकाल, खुश रहो, रब रखा, जीवे पंजाब, जीवे पंजाबी, नानक नाम चढ़दी कला, तेरे भाणे सरबत्त पला।